ਤੇ ਦੇਖ ਰਹੇ ਹੋ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਿਸਾਨਾਂ ਦੇ ਮੁੱਦੇ ਤੇ ਪਰੇਸ਼ਾਨੀ ਸਿਰਫ ਯਾਦ ਆਉਂਦੀ ਹੈ ਸਾਨੂੰ, ਤੇ ਇਸ ਪਰੇਸ਼ਾਨੀ ਦੀ ਗੱਲ ਵਾਰ-ਵਾਰ ਕਰਨੀ ਪੈਂਦੀ ਹੈ ਤੇ ਇਸ ਪਰੇਸ਼ਾਨੀ ਦੇ ਵਿਚਾਲੇ ਮਸਲਾ ਪਰਾਲੀ ਦਾ ਜਦੋਂ ਹੁੰਦਾ ਤੇ ਪਰਾਲੀ ਤੇ ਸੂਬਾ ਸਰਕਾਰਾਂ ਕਹਿੰਦੀਆਂ ਅਸੀਂ ਕੇਂਦਰ ਸਰਕਾਰ ਕੋਲੇ ਪਹੁੰਚ ਕਰ ਰਹੇ ਹਾਂ, ਕੇਂਦਰ ਸਰਕਾਰ ਕੋਈ ਮਸਲੇ ਦਾ ਹੱਲ ਕਰੇਗੀ। ਸੂਬਾ ਸਰਕਾਰਾਂ ਕਹਿੰਦੀਆਂ ਕਿ ਸਾਡੇ ਕੋਲ ਮਸਲੇ ਦਾ ਹੱਲ ਨਹੀਂ, ਕੇਂਦਰ ਸਰਕਾਰ ਮਦਦ ਕਰੇਗੀ ਤਾਂ ਹੀ ਹੱਲ ਨਿਕਲੇਗਾ। ਕਿਸਾਨ ਕਹਿੰਦੇ ਅਸੀਂ ਮਜਬੂਰ ਹਾਂ, ਸਾਨੂੰ ਜੋ ਕਿਹਾ ਜਾਂਦਾ ਉਹ ਸਰਕਾਰਾਂ ਕਰਦੀਆਂ ਨਹੀਂ, ਅਸੀਂ ਕਰੀਏ ਕੀ, ਕਿਉਂਕਿ ਸਾਡੇ ਕੋਲ ਤਾਂ ਹੋਰ ਕੋਈ ਹੱਲ ਹੈ ਨਹੀਂ। ਅਤੇ ਸਵਾਲ ਇੱਕੋ ਪੁੱਛਾਂਗੇ, ਪਰਾਲੀ 'ਤੇ ਅਸਲ ਪੁਆੜਾ ਕੀ ਹੈ? ਅਸੀਂ ਬਹਿਸ ਕਿਉਂ ਕਰਨੀ ਪੈ ਰਹੀ ਟੂ ਦਾ ਪੁਆਇੰਟ ਤੁਹਾਨੂੰ ਦੱਸੀਏ, ਬਹਿਸ ਜਿਹਨਾਂ ਬਿੰਦੂਆਂ 'ਤੇ ਕਰਨੀ ਪੈ ਰਹੀ ਹੈ ਉਹ ਤੁਹਾਨੂੰ ਦੱਸੀਏ। ਪਰਾਲੀ ਨੂੰ ਸਾੜਨ ਤੋਂ ਕਿਸਾਨਾਂ ਨੂੰ ਰੋਕਣ 'ਤੇ ਰੇੜਕਾ ਬਰਕਰਾਰ ਹੈ। ਪੰਜਾਬ 'ਚ ਕਿਸਾਨ ਜਥੇਬੰਦੀਆਂ ਦਾ ਸਰਕਾਰ ਦੇ ਖਿਲਾਫ ਰੋਸ ਆ ਜਿਹੜਾ ਉਹ ਵੀ ਬਰਕਰਾਰ ਹੈਗਾ, ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਰੱਦ ਕਰਨ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ, ਪਰ ਸਰਕਾਰ ਕਹਿੰਦੀ ਹੈ ਐਫ ਆਈ ਆਰ ਤਾਂ ਦਰਜ ਕਰਾਂਗੀ ਕਿਉਂਕਿ ਸਾਡੇ ਕੋਲ ਹੱਲ ਹੈ ਨਹੀਂ। ਕੁਝ ਕਿਸਾਨ ਜਥੇਬੰਦੀਆਂ ਦਾ ਪੰਜਾਬ 'ਚ ਰੇੜ ਰੋਕੋ ਅੰਦੋਲਨ ਹੋਇਆ, ਅਤੇ ਹਾਲਾਂਕਿ ਪੂਰੀਆਂ ਜਥੇਬੰਦੀਆਂ ਦੇ ਵਿੱਚ ਨਹੀਂ ਸੀਗੀਆਂ। ਦਿੱਲੀ 'ਚ ਖਰਾਬ ਹੋਈ ਆਬੋ ਹਵਾ 'ਤੇ ਵੀ ਸਿਆਸਤ ਪੱਕੀ ਹੈ, ਪਹਿਲੀ ਵਾਰ ਨਹੀਂ ਹੋਈ। ਹਰ ਵਾਰ ਕਹਿੰਦੇ ਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਆ ਜ਼ਿੰਮੇਵਾਰ ਆ ਦਿੱਲੀ ਦੀ ਖਰਾਬ ਹੋਈ ਹਵਾ ਦੇ ਲਈ। ਜੋ ਦਿੱਲੀ 'ਤੇ ਪਰੇਸ਼ਾਨੀ ਆਉਂਦੀ ਹੈ ਫਿਰ ਘੇਰਾਬੰਦੀ ਤੇਜ਼ ਹੋ ਜਾਂਦੀ ਹੈ। ਅਤੇ ਸਵਾਲ ਆ ਜਿਹੜਾ ਮਸਲੇ ਦੇ ਹੱਲ ਲਈ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲ ਚੱਕ ਦਿੱਤਾ, ਕੇਂਦਰ ਕੋਲ ਗੁਹਾਰ ਲਗਾਈ, ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਤੋਂ ਮੁੱਖ ਮੰਤਰੀ ਨੇ ਵਿੱਤੀ ਮਦਦ ਮੰਗੀ ਹੈ ਕਿ ਕਿਸਾਨਾਂ ਨੂੰ ਸਹਾਇਤਾ ਕੀਤੀ ਜਾਵੇ, ਮੁਆਵਜ਼ਾ ਦਿੱਤਾ ਜਾਵੇ, ਤਾਂ ਹੀ ਮਸਲਾ ਹੱਲ ਹੋ ਸਕਦਾ। ਸਵਾਲ ਇੱਕੋ ਹੀ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ, ਪਰਾਲੀ ਦਾ ਮਸਲਾ ਹੱਲ ਨਾ ਕਰਨ ਪਿੱਛੇ ਇਕੱਲੀ ਸਰਕਾਰਾਂ ਦੀ ਗੈਰ ਸੰਜੀਦਗੀ ਹੀ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਵੀ ਵਜ੍ਹਾ? ਇਸ ਸਵਾਲ 'ਤੇ ਚਰਚਾ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਡਾਕਟਰ ਜਗਵੰਤ ਸਿੰਘ ਐਗਰੋ ਇਕਨੋਮਿਸਟ ਤੌਰ 'ਤੇ ਸਾਡਾ ਮੌਜੂਦ ਰਹਿਣ ਕੇ, ਡਾਕਟਰ ਜਗਵੰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਅਰਵਿੰਦ ਮਿੱਤਲ ਭਾਰਤੀ ਜਨਤਾ ਪਾਰਟੀ 'ਚੋਂ ਨੇ, ਮਿੱਤਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਗੁਰਪ੍ਰੀਤ ਸੰਧੂ ਕਾਂਗਰਸ ਤੋਂ ਨੇ, ਡਾਕਟਰ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਮੇਹਰ ਸਿੰਘ ਥੇੜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਨੇ, ਥੇੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਅਰਵਿੰਦ ਮਿੱਤਲ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਅਰਵਿੰਦ ਮਿੱਤਲ ਸਾਹਿਬ, ਸਰਕਾਰਾਂ ਕੋਲ ਹੱਲ ਹੈਗਾ, ਕਰਦੇ ਕਿਉਂ ਨਹੀਂ? ਦੇਖੋ, ਪਰਾਲੀ ਦਾ ਜਿਹੜਾ ਮੁੱਦਾ ਹੈਗਾ, ਇਹ ਮੁੱਦਾ ਬੜਾ ਸਾਂਝਾ ਜਿਹਾ ਮੁੱਦਾ ਹੈ, ਔਰ ਮੈਂ ਸਮਝਦਾ ਕਿ ਵੀ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਸਰਕਾਰ ਨੂੰ ਕਾਰਵਾਈ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਵਾਰ ਵਾਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਕੋਲ ਜਾ ਕੇ ਚਿੱਠੀ ਲਿਖ ਕੇ ਉਹਨਾਂ ਨੇ ਮੁਆਵਜ਼ਾ ਮੰਗਿਆ, ਪੰਜਾਬ ਸਰਕਾਰ ਮੈਨੂੰ ਸਮਝ ਨਹੀਂ ਆਉਂਦੀ ਹਰ ਗੱਲ ਵਾਸਤੇ ਕੇਂਦਰ ਦੇ ਕੋਲ ਪਹੁੰਚ ਜਾਂਦੇ ਹਾਂ ਕਿ ਜੇ ਸਾਨੂੰ ਕਦੇ ਇਸ ਵਾਸਤੇ ਪੈਸੇ ਦਿਓ, ਕਦੇ ਇਸ ਵਾਸਤੇ ਪੈਸੇ ਦਿਓ, ਉਹ ਆਪਣੇ ਕੋਲੋਂ ਕੀ ਕਰਨਗੇ? ਪੰਜਾਬ ਸਰਕਾਰ ਦੀ ਕਿਆ ਕੋਈ ਜ਼ਿੰਮੇਵਾਰੀ ਨਹੀਂ ਇਸ ਪਾਸੇ? ਪੰਜਾਬ ਸਰਕਾਰ ਨੇ ਦੱਸੋ ਕਿਸ ਮੁੱਦੇ ਦੇ ਉੱਤੇ ਲੋਕਾਂ ਦੀ ਮਦਦ ਕੀਤੀ? ਹਰ ਪਾਸੇ ਸਟੈਂਪ ਡਿਊਟੀ ਵੀ ਵਧਾ ਦਿੱਤੀ, ਔਰ ਉੱਧਰ ਬਿਜਲੀ ਦਾ ਰੇਟ ਵੀ ਵਧਾ ਦਿੱਤਾ। ਜਦੋਂ ਪੈਟਰੋਲ ਦੀ ਕੀਮਤਾਂ ਦੀ ਗੱਲ ਆਈ ਤਾਂ ਕਹਿੰਦੇ ਅਸੀਂ ਆਪਣਾ ਟੈਕਸ ਨਹੀਂ ਘਟਾ ਸਕਦੇ। ਕਿਸੇ ਪਾਸੇ ਤਾਂ ਕੁਝ ਦੇਣ ਦੀ ਗੱਲ ਕਰਨ, ਲੋਕਾਂ ਨੂੰ ਵੋਟਾਂ ਲਿੱਤੀਆਂ ਸੀ ਤਾਂ ਵੱਡੇ ਵੱਡੇ ਵਾਅਦੇ ਕੀਤੇ ਸੀ। ਤੁਸੀਂ ਨਾ ਗੱਲ ਕਰੋ ਤਾਂ ਬਿਹਤਰ ਹੈ। ਮੈਂ ਇੱਕ ਮਿਸਾਲ ਦੀ ਗੱਲ ਕੀਤੀ ਹੈ, ਜਿੱਥੇ ਤੱਕ ਨਾ ਇਹ ਮਿਸਾਲ ਵੀ ਨਾ ਦਿਓ ਨਾ, ਇਹ ਮਿਸਾਲ ਹੀ ਗਲਤ ਤੁਹਾਡੀ। ਨਹੀਂ, ਇਹ ਮਿਸਾਲ ਬਿਲਕੁਲ ਠੀਕ ਹੈ। ਪੈਟਰੋਲ ਦੀਆਂ ਕੀਮਤਾਂ ਦੇ ਉੱਤੇ ਪੰਜਾਬ ਸਰਕਾਰ ਨੇ ਸਪਸ਼ਟ ਸ਼ਬਦਾਂ 'ਚ ਇਨਕਾਰ ਕੀਤਾ ਕਿ ਸਾਡਾ ਖਜ਼ਾਨਾ ਖਾਲੀ ਹੈ। ਸੀ ਉਦੋਂ ਬਾਅਦ ਕਿੱਥੇ ਜਾ ਕੇ ਉਦੋਂ ਵੱਧ ਗਿਆ ਹੋਰ? ਮੈਂ ਪਰਾਲੀ ਦੀ ਹੀ ਗੱਲ ਕਰ ਰਿਹਾ। ਜਿੱਥੇ ਤੱਕ ਪਰਾਲੀ ਦਾ ਕੇਂਦਰ ਸਰਕਾਰ ਦਾ ਸਵਾਲ ਹੈ, ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਆਲਰੇਡੀ 250 ਕਰੋੜ ਤੋਂ ਵੱਧ ਪੈਸਾ ਦੇ ਚੁੱਕੀ ਹੈ, ਜਿਸ ਨੂੰ ਖਰਚਣਾ ਸੀ ਪੰਜਾਬ ਸਰਕਾਰ ਨੇ। ਜੋ ਕੁੱਲ ਪੈਸਾ ਆਉਣਾ ਸੀ ਉਹ, ਜੋ ਮੇਰੀ ਜਾਣਕਾਰੀ ਹੈ ਕਿ 650 ਕਰੋੜ ਦੇ ਕਰੀਬ ਆਉਣਾ, ਲੇਕਿਨ ਯੂਟੀਲਾਈਜੇਸ਼ਨ ਸਰਟੀਫਿਕੇਟ ਨਹੀਂ ਦਿੱਤੇ ਗਏ, ਇਸ ਕਰਕੇ ਅਗਲਾ ਪੈਸਾ ਨਹੀਂ ਆ ਸਕਿਆ। ਸੋ ਪੰਜਾਬ ਸਰਕਾਰ ਆਪਣੇ ਕੋਲੋਂ ਵੀ ਆਪਦੀ ਨਾਕਾਮੀ ਤੁਹਾਡੇ ਸਿਰ ਥੋਪ ਰਹੀ ਹੈ। ਬਿਲਕੁਲ ਇਹੀ ਕਹਿਣਾ ਚਾਹ ਰਿਹਾ ਹਾਂ ਡਾਕਟਰ ਗੁਰਪ੍ਰੀਤ ਸੰਧੂ, ਨਾਕਾਮੀ ਤੁਹਾਡੀ ਹੈ, ਥੋਪ ਤੁਸੀਂ ਕੇਂਦਰ ਸਰਕਾਰ 'ਤੇ ਰਹੇ ਹੋ, ਪੈਸੇ ਆਉਂਦੇ ਆ, ਯੂਸੀ ਤੁਸੀਂ ਦਿੰਦੇ ਨੀਗੇ। ਬਿਲਕੁਲ, ਦੇਖੋ ਜੀ, ਇਹਨਾਂ ਨਾਲੋਂ ਇਨਫੋਰਮਡ ਤੇ ਨੌਲੇਜੇਬਲ ਕੌਣ ਹੋ ਸਕਦਾ, ਕਿਉਂਕਿ ਸੈਂਟਰ ਸਰਕਾਰ ਇਹਨਾਂ ਦੀ ਹੈ। ਸਟੈਟਿਸਟਿਕਲੀ ਨਾ ਗੱਲ ਕਰੋ, ਤੁਸੀਂ ਆਪਣੀ ਗੱਲ ਦੱਸੋ। ਮੈਂ ਜਿੰਨਾ ਮਰਜ਼ੀ ਕਰਾਂ, ਹਾਂ ਆਪਣੀ ਗੱਲ ਦੱਸੋ। ਮੈਂ ਸਟੈਟਿਸਟਿਕਲੀ ਕਰੂੰਗਾ ਤੇ ਫਿਰ ਡਿਬੇਟ ਖਰਾਬ ਹੋ ਜਾਏਗਾ। ਡਾਕਟਰ ਸੰਧੂ ਜਵਾਬ ਦਿਓ, ਡਿਬੇਟ ਖਰਾਬ ਹੋ ਜਾਏਗਾ। ਡਾਕਟਰ ਸੰਧੂ ਇਸ ਗੱਲ ਦਾ ਜਵਾਬ ਦਿਓ। ਸੁਪਰ ਸਰਕਾਰ ਕੋਲੇ ਜਿਹੜੇ ਪੈਸੇ ਆ, ਇੱਕ ਮਿੰਟ ਡਾਕਟਰ ਸੰਧੂ, ਡਾਕਟਰ ਸੰਧੂ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਤੁਹਾਡੇ ਕੋਲੇ ਪੈਸੇ ਆਪਣੀ ਸਰਕਾਰ ਦੀ ਤੁਸੀਂ ਜਵਾਬ ਦਿਓ। ਨਹੀਂ ਨਹੀਂ, ਬਿਲਕੁਲ ਨਹੀਂ, ਮੈਂ ਜਵਾਬ ਲਾਉਂਗਾ। ਤੁਸੀਂ ਤੁਸੀਂ ਸਟੈਟਿਸਟਿਕਲੀ ਗੱਲ ਕਰੋਗੇ ਤਾਂ ਮੈਂ ਬਿਲਕੁਲ ਫਿਰ ਵਿੱਚ ਦਖਲ ਦੇਵਾਂਗਾ। ਮੈਂ ਦਖਲ ਦੇਵਾਂਗਾ ਡਾਕਟਰ ਸੰਧੂ। ₹649 ਕਰੋੜ 3 ਸਾਲਾਂ ਦੇ ਵਿੱਚ 649 ਕਰੋੜ ਰੁਪਇਆ ਸੈਂਟਰਲ ਗਵਰਨਮੈਂਟ ਨੇ ਹਰ ਇੱਕ ਸਟੇਟ ਨੂੰ ਦਿੱਤਾ, ਹਰ ਇੱਕ ਨੂੰ। ਕੋਈ ਸਾਡੇ ਸਰਸਾਨ ਨਹੀਂ ਕੀਤਾ। ਕਿਸਾਨ ਦੀ ਪਰਾਲੀ ਸਿਰਫ ਇਕੱਲੇ ਪੰਜਾਬ ਦਾ ਪ੍ਰੋਬਲਮ ਨਹੀਂ ਹੈ, ਹਰਿਆਣੇ 'ਚ ਵੀ ਹੈ, ਯੂਪੀ 'ਚ ਵੀ ਹੈ, ਮੱਧ ਪ੍ਰਦੇਸ਼ 'ਚ ਵੀ ਹੈ।
ਇਹ ਪੰਜਾਬ ਦੇ ਉੱਤੇ ਆ ਕੇ ਸਾਨ ਕਰਨ ਲੱਗ ਜਾਂਦੇ ਆ। 200-250 ਕਰੋੜ ਦੇ ਨੇੜੇ ਜਿਹੜਾ ਪੈਸਾ ਇਸ ਸਾਲ ਆਇਆ ਉਹਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਕਹਿੰਦੇ ਤਾਂ ਨਹੀਂ ਪੈਸੇ ਭੇਜੇ। ਪਹਿਲੀ ਗੱਲ ਤਾਂ ਇਹਨੂੰ ਇਹ ਨਹੀਂ ਪਤਾ ਵੀ ਉਹ ਪੈਸੇ ਆਉਣੇ ਨਹੀਂ ਸੀ ਇਸ ਸਾਲ, ਇਸ ਸਾਲ ਦੇ ਜਿਹੜੇ ਪੈਸੇ ਆਏ ਆ ਉਹਦੀ ਯੂਟੀਲਾਈਜੇਸ਼ਨ ਵਾਸਤੇ ਹੀ ਕਿਸਾਨ ਨੂੰ 249 ਕਰੋੜ ਰੁਪਏ ਨਾਲ 1.5 ਲੱਖ ਕਿਸਾਨ ਜਿਹੜਾ ਹੈਗਾ, 2 ਲੱਖ ਕਿਸਾਨ ਜਿਹੜਾ ਉਹਦਾ ਬੁੱਤਾ ਪੂਰਾ ਹੋ ਜੂਗਾ। ਕਿੱਥੇ ਜਾ ਕੇ ਸਿੱਟਣ ਕਿਸਾਨ ਪਰਾਲੀ ਨੂੰ ਜੇ ਅੱਗ ਨਾ ਲਾਉਣ ਤਾਂ? ਨੈਸ਼ਨਲ ਗ੍ਰੀਨ ਟ੍ਰਿਬਿਊਨ ਇਹਨਾਂ ਕੋਲ ਹੈ, ਜੇ ਤੁਹਾਨੂੰ ਇੰਨਾ ਕੁਛ ਪਤਾ, ਜੇ ਤੁਹਾਨੂੰ ਇੰਨਾ ਕੁਛ ਪਤਾ ਡਾਕਟਰ ਸੰਧੂ ਕਿਉਂ ਪਰਚੇ ਦਰਜ ਕਰਦੇ ਪਏ ਕਿਸਾਨਾਂ ਤੇ? ਤੁਸੀਂ ਕਹਿ ਰਹੇ ਹੋ ਨਾ ਕਿਸਾਨ ਕਿਸਾਨ ਮਜਬੂਰ ਹੈ, ਤੁਸੀਂ ਖੁਦ ਕਿਸਾਨੀ ਪਰਿਵਾਰ ਚੋਂ ਡਾਕਟਰ ਸੰਧੂ, ਤੁਹਾਨੂੰ ਮਜਬੂਰੀਆਂ ਪਤਾ ਕਿਸਾਨ ਦੀਆਂ? ਲੈਟ ਮੀ ਕੰਪਲੀਟ, ਦੱਸ ਵਾਈ ਆਮ ਸੇਇੰਗ, ਮੈਂ ਕਹਿ ਰਿਹਾ ਕਿਸਾਨਾਂ ਦਾ ਕਸੂਰ ਕੱਢ ਰਿਹਾ ਮੈਂ। ਜੇ ਮੈਂ ਕਿਸਾਨ ਪਰਿਵਾਰ ਚੋਂ ਤਾਂ ਹੀ ਮੈਂ ਕਿਸਾਨਾਂ ਦਾ ਕਸੂਰ ਨਹੀਂ ਕੱਢਦਾਗਾ। ਸਿੰਪਲ ਫੈਕਟ ਇਹ ਹੈ ਕਿ ਝੋਨਾ ਜਿਹੜਾ ਹਰ ਇੱਕ ਉਹ ਫਸਲ ਜਿਹੜੀ ਸੈਂਟਰਲ ਗਵਰਨਮੈਂਟ ਦੀ ਮਜਬੂਰੀ ਹੈ ਸਟੇਟਾਂ ਤੋਂ ਲੈਣਾ ਖਰੀਦਣਾ, ਕਿਉਂਕਿ ਉਹਨਾਂ ਦਾ ਫੂਡ ਪੂਲ ਪੂਰਾ ਨਹੀਂ ਹੁੰਦਾਗਾ, ਉੱਥੇ ਚੁੱਪ ਕਰਕੇ ਝੋਨਾ ਉੱਤੋਂ ਉੱਤੋਂ ਲਾ ਕੇ ਲੈ ਜਾਂਦੇ, ਪਰਾਲੀ ਸਾਡੇ ਕੋਲ ਪੈ ਜਾਂਦੇ ਸਟੇਟ ਗਵਰਨਮੈਂਟਾਂ ਕਰਨ। ਖਰੀਦ ਸਾਰੀ FCI ਦੀ ਹੈ, ਸਾਡੀ CCL ਲਿਮਿਟ 29-40 ਕਰੋੜ ਦੀ ਬਜਾਏ 29 ਕਰੋੜ ਸਾਨੂੰ ਹੁਣ ਦਿੱਤਾ, ਬਾਕੀ ਬਾਅਦ 'ਚ ਦੇਣਾ, ਉਹ ਵੀ 20 ਦਿਨ ਲੇਟ ਦਿੱਤਾ ਸਿਰਫ ਇਸ ਕਰਕੇ 2019 ਦੀਆਂ ਇਲੈਕਸ਼ਨ ਹੈ, ਮੰਡੀ 'ਚ ਕਿਸਾਨ ਰੁਲੂਗਾ, ਰੌਲਾ ਪਾਊਗਾ ਸਟੇਟ ਗਵਰਨਮੈਂਟ ਦੇ ਖਿਲਾਫ। ਇਹ ਕੁਝ ਹੀ ਹਰਕਤਾਂ ਨੇ ਸੈਂਟਰਲ ਗਵਰਨਮੈਂਟ, ਯਾਨੀ ਕਿ ਦੋਨੋਂ ਪਾਰਟੀਆਂ ਸਿਆਸਤ ਕਰ ਰਹੀਆਂ, ਸੂਬਾ ਸਰਕਾਰ ਤੇ ਕੇਂਦਰ ਸਰਕਾਰ। ਸੂਬਾ ਸਰਕਾਰ ਬਿਲਕੁਲ ਨਹੀਂ ਕਰ ਰਹੀ, ਸੂਬਾ ਸਰਕਾਰ ਦਾ ਮੁੱਖ ਮੰਤਰੀ ਅੱਜ ਵੀ ਬੈਠਾ ਦਿੱਲੀ, ਕਿਹਦੇ ਕੋਲ ਜਾਊਗਾ ਉਹ? ਪ੍ਰਧਾਨ ਮੰਤਰੀ ਕੋਲ ਜਾਊਗਾ, ਕਿਉਂਕਿ ਇਹਨਾਂ ਦਾ ਜਿਹੜਾ ਐਗਰੀਕਲਚਰ ਮਿਨਿਸਟਰ ਹੈ, ਵਿੱਤ ਮੰਤਰੀ ਪ੍ਰੋਮਿਸ ਕਰਕੇ ਉਹਨਾਂ ਨੇ ਕੱਖ ਨਹੀਂ ਦਿੱਤਾ। ਕਿਸਾਨ ਰੁਲਦਾ ਹੈ ਉਧਰੋਂ ਮੰਡੀਆਂ 'ਚ, ਉਧਰੋਂ ਇਹਨਾਂ ਦੇ ਇਹ ਸੜਕਾਂ 'ਤੇ ਬੈਠੇ ਆ। ਇੱਕ ਚੀਜ਼ ਮੈਂ ਕਹਿ ਦਿਆਂ, ਮੇਰੇ ਇੱਥੇ ਬੈਠੇ ਆ ਭਰਾ ਕਿਸਾਨ, ਮੈਂ ਵੀ ਕਿਸਾਨ ਹੈ, ਲੇਕਿਨ ਇਹਨਾਂ ਦਾ ਜਿਹੜਾ ਤਰੀਕਾ ਹੈਗਾ ਪ੍ਰੋਟੈਸਟ ਕਰਨ ਦਾ ਕਿ ਪਰਾਲੀਆਂ ਸੜਕਾਂ 'ਤੇ ਸਾੜਾਂਗੇ, ਸੜਕਾਂ ਬੰਦ ਕਰਾਂਗੇ, ਦੈਟ ਇਜ਼ ਨਾਟ ਦੀ ਵੇ। ਠੀਕ ਹੈ, ਵੀ ਆਰ ਰੈਡੀ ਟੂ ਡੂ ਐਵਰੀਥਿੰਗ ਵਿਦ ਇਨ ਆਰ ਲਿਮਿਟਸ। ਇਹ ਕਹਿੰਦੇ ਜੀ ਪੈਸੇ ਇਹਨਾਂ ਆਪ ਕਿਉਂ ਨਹੀਂ ਕਰਦੇ, ਜਿਹੜੇ ਤੁਸੀਂ ਲੁੱਟੇ ਵਾਪਸ ਕਰ ਦਿਓ ਖਜ਼ਾਨੇ 'ਚ ਅਸੀਂ ਦੇ ਦਿਆਂਗੇ। ਠੀਕ ਹੈ ਮੈਮ, ਛੱਡਿਆ ਕੀ ਹੋਇਆ? ਮੇਰ ਸਿੰਘ ਥੜੀ ਮੋੜੋ ਵੀ ਨਾ ਕੁਛ। ਮੇਰ ਸਿੰਘ ਥੜੀ, ਕਿਸਾਨ ਮਜਬੂਰ ਆ, ਸਿਆਸਤ ਆਪਦੇ ਪਾਸੋਂ ਮਜਬੂਰ ਆ, ਸਿਆਸਤ ਕਰੇ ਤਾਂ ਕਰੇਗੀ, ਕਿਸਾਨ ਕਰੇ ਤਾਂ ਕਰੇਗੀ। ਕਿਸਾਨ ਨੂੰ ਤਾਂ ਜੀ ਚਾਹੇ ਕੇਂਦਰ 'ਚ ਕੋਈ ਪਾਰਟੀ ਆ, ਚਾਹੇ ਪੰਜਾਬ 'ਚ ਕੋਈ ਵੀ ਪਾਰਟੀ ਆ, ਕਿਸਾਨ ਨੂੰ ਰੋਲਿਆ ਜਾ ਰਿਹਾ ਅਤੇ ਅੱਜ ਵੀ ਕਿਸਾਨ ਰੋਲ ਰਿਹਾ। ਪਹਿਲੀ ਗੱਲ ਤਾਂ ਮੈਂ ਮਿੱਤਲ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਇੰਡੀਆ ਦੇ ਵਿੱਚ 200 ਰੁਪਈਆ ਰੇਟ ਵਧਿਆ ਤਾਂ ਪੰਜਾਬ ਨੂੰ 180 ਕਿਉਂ ਵਧਾਇਆ? ਕਿਉਂਕਿ ਪੰਜਾਬ 'ਚ ਸੁਪਰਫੈਨ ਝੋਨਾ ਹੁੰਦਾ, ਸੁਪਰਫੈਨ ਦਾ ਰੇਟ 20 ਰੁਪਏ ਘੱਟ ਦੇ ਤਾ, ਬਾਕੀ ਹਿੰਦੁਸਤਾਨ ਨੂੰ ਜਿੱਥੇ ਇਹਨਾਂ ਨੇ ਖਰੀਦ ਨਹੀਂ ਕਰਨੀ ਉੱਥੇ 200 ਰੁਪਏ ਵਧਾ ਤਾ। ਗੱਲ ਆਉਂਦੀ ਹੈ ਪਰਾਲੀ 'ਤੇ, ਆਪਾਂ ਮੁੱਦਾ ਵੀ ਅੱਜ ਪਰਾਲੀ ਦਾ ਰੱਖਣਾ ਹੈ ਵੀ ਕਿਸਾਨ ਮਜਬੂਰ ਹੈ, ਕਿਸਾਨ ਨੂੰ ਕੀ ਕਰੇ ਕਿਸਾਨ ਜੇ ਅੱਗ ਨਾ ਲਗਾਵੇ? ਜੋ ਪੈਸੇ ਕੇਂਦਰ ਤੋਂ ਥੋੜ੍ਹੇ ਬਹੁਤੇ 263 ਕਰੋੜ ਆਇਆ, ਇਹ ਅੰਕੜੇ ਠੀਕ ਨਹੀਂ ਦੇ ਰਹੇ, ਉਹਦੇ ਵਿੱਚੋਂ ਅਸੀਂ ਅੱਜ ਤੋਂ 1.5 ਮਹੀਨਾ ਪਹਿਲਾਂ ਡਾਇਰੈਕਟਰ ਐਗਰੀਕਲਚਰ ਪੰਜਾਬ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਸੀ ਕਿ ਤੁਸੀਂ ਜਿਹੜੀਆਂ ਮਸ਼ੀਨਾਂ ਦੇ ਰਹੇ ਆ ਉਹਨੂੰ 50 ਹਾਰਸ ਪਾਵਰ ਦਾ ਟਰੈਕਟਰ ਖਿੱਚਦਾ। ਕਿਸਾਨਾਂ ਦੇ ਕੋਲ 60-70% ਹੈ ਜਿਹੜਾ ਟਰੈਕਟਰ ਛੋਟਾ 25 ਜਾਂ 35 ਪਾਵਰ ਦਾ। ਜਦੋਂ ਉਹਨਾਂ ਮਸ਼ੀਨਾਂ ਨੂੰ ਕਿਸਾਨ ਦਾ ਟਰੈਕਟਰ ਖਿੱਚਿਆ ਹੀ ਨਹੀਂ ਰਿਹਾ, ਚਲਾ ਹੀ ਨਹੀਂ ਰਿਹਾ, ਪਰਾਲੀ ਨੂੰ ਦੱਬੇ ਨਹੀਂ ਸਕਦਾ, ਤਾਂ ਉਹਨਾਂ ਮਸ਼ੀਨਾਂ ਦੇਣ ਦਾ ਮਤਲਬ ਕੀ ਰਹਿ ਜਾਂਦਾ? ਉਸ ਤੋਂ ਬਾਅਦ ਆ ਜਾਓ, ਜਿਹੜੀਆਂ ਮਸ਼ੀਨਾਂ ਦਿੱਤੀਆਂ ਵੀ ਹੈਗੀਆਂ ਉਹ 2 ਲੱਖ ਏਕੜ ਤੋਂ ਵੱਧ ਪਰਾਲੀ ਨੂੰ ਸਾਂਭ ਨਹੀਂ ਸਕਦੀਆਂ। ਝੋਨੇ ਦੀ ਬਿਜਾਈ 65 ਲੱਖ ਏਕੜ ਹੈ ਅਤੇ ਬਾਕੀ ਜਿਹੜੀ 60 ਲੱਖ ਤੋਂ ਦੇ ਲਗਭਗ 60-60 ਰਹਿ ਗਈ ਉਹਨੂੰ ਪਰਾਲੀ ਕਿੱਥੇ ਲੈ ਕੇ ਜਾਈਏ, ਕਿਸ ਤਰ੍ਹਾਂ ਸਾਂਭੀਏ? ਕਿਸਾਨ ਮਜਬੂਰ ਹੈ, ਯਾਨੀ ਕਿ ਬੁੱਤਾ ਹੀ ਸਾਰਦੇ ਪਏ ਸਾਰੇ, ਕਹਾ ਬੁੱਤਾ ਸਾਰਦੇ ਪਏ ਸਾਰੇ, ਕਹਿੰਦੇ ਪਏ ਅਸੀਂ ਮਦਦ ਕਰਦੇ ਪਏ ਕਿਸਾਨ ਦੀ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਹਾਂ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਅਖਲਾਕੀ ਤੌਰ ਤੇ ਮੰਨ ਚੁੱਕੇ ਐ ਕਿ ਕਿਸਾਨ ਦਾ ਨੁਕਸਾਨ ਹੋ ਰਿਹਾ। ਉਹਨਾਂ ਨੇ ਕੇਂਦਰ ਨੂੰ ਕਿਹਾ ਕਿ 100 ਰੁਪਏ ਬੋਨਸ ਦਿਓ, ਜੇ ਕੇਂਦਰ ਨਹੀਂ ਦਿੰਦਾ ਤਾਂ ਪੰਜਾਬ ਸਰਕਾਰ ਕੋਈ ਹੰਭਲਾ ਮਾਰੇ, ਨਹੀਂ ਤਾਂ ਕਿਸਾਨ ਦਾ 4-5 ਹਜ਼ਾਰ ਰੁਪਇਆ ਵਾਧੂ ਖਰਚਾ ਆਉਂਦਾ ਪਰਾਲੀ ਦੱਬਣ 'ਤੇ। ਜਿਹੜੀ SMS ਮਸ਼ੀਨ ਦੇ ਨਾਲ ਇਹ ਚਲਾਣ ਕਰ ਰਹੇ ਹਾਂ, ਮਸ਼ੀਨਾਂ ਬਾਉਂਡ ਕੀਤੀਆਂ ਇਹਨਾਂ ਨੇ ਕੱਲ੍ਹ, ਉਹਦੇ ਉੱਤੇ 800 ਰੁਪਇਆ ਸਾਡਾ ਵਢਾਈ ਦਾ ਹੀ ਵੱਧ ਲੱਗਦਾ। 800 ਰੁਪਇਆ ਤਾਂ ਉਹ ਪੈ ਗਿਆ ਪਰਾਲੀ ਦੱਬਣ ਦੇ ਉੱਤੇ, 4 ਹਜ਼ਾਰ ਪੈ ਗਿਆ, ਕਿਸਾਨ ਕਿੱਥੇ ਜਾਵੇ? ਕਿਸਾਨ ਕਿੱਥੇ ਜਾਵੇ? ਸਵਾਲ ਬਹੁਤ ਮਹੱਤਵਪੂਰਨ ਆ। ਬ੍ਰੇਕ ਤੋਂ ਵਾਪਸ ਆਵਾਂਗੇ, ਬ੍ਰੇਕ ਲਵਾਂਗੇ। ਪਰਾਲੀ ਪ੍ਰਦੂਸ਼ਣ ਅਤੇ ਪੋਲਿਟਿਕਸ, ਇਹ ਸਭ ਕੁਛ ਹੈ, ਇਸ ਸਭ ਦੇ ਵਿਚਾਲੇ ਕਿਸਾਨ ਫਸਿਆ ਹੋਇਆ, ਕਿਸਾਨ ਮਜਬੂਰ ਹੈ। ਕਿਸਾਨ ਨੂੰ ਇਹ ਪਤਾ ਹੈਗਾ ਕਿ ਅੱਗ ਲਾਉਣ ਦੇ ਨਾਲ ਜ਼ਮੀਨ ਹੈ ਜਿਹੜੀ ਉਹਦੀ ਉਪਜਾਊ ਸ਼ਕਤੀ 'ਤੇ ਵੀ ਅਸਰ ਪੈਂਦਾ, ਜਿਹੜਾ ਚੁਗਰਦਾ ਸਾਡਾ ਉਹਦੇ ਵੀ ਅਸਰ ਪੈਂਦਾ। ਕਿਸਾਨ ਬੇਵਕੂਫ ਨਹੀਂ ਹੈਗਾ, ਕਿਸਾਨ ਪਾਗਲ ਨਹੀਂ ਹੈਗਾ, ਪਰ ਕਿਸਾਨ ਕਰੇ ਕੀ? ਕਿਸਾਨ ਮਜਬੂਰ ਹੈ ਕਿਉਂਕਿ ਸਰਕਾਰਾਂ ਦੇ ਵਾਅਦੇ ਲਾਰਿਆਂ ਦੇ ਵਿੱਚ ਕਿਸਾਨ ਫਸਿਆ ਹੋਇਆ, ਕਿਉਂਕਿ ਕਿਸਾਨ ਨੂੰ ਸਭ ਕੁਝ ਪਤਾ, ਉਸ ਦੇ ਬਾਵਜੂਦ ਕਿਸਾਨ ਆਪਣੀ ਮਜਬੂਰੀ ਜਾ ਕੇ ਦੱਸੇ ਤਾਂ ਦੱਸੇ ਕਿਹਨੂੰ? ਪਰਾਲੀ 'ਤੇ ਅਸਲ ਪੌੜਾ ਕੀ ਆ? ਮੇਰੇ ਤੋਂ ਵਾਪਸ ਆ ਕੇ ਫਿਰ ਪੁੱਛਾਂਗੇ ਜ਼ਰੂਰ ਕਿ ਪਰਾਲੀ ਦਾ ਮਸਲਾ ਹੱਲ ਨਾ ਕਰਨ ਪਿੱਛੇ ਇਕੱਲੀ ਸਰਕਾਰਾਂ ਦੀ ਗੈਰ ਸੰਜੀਦਗੀ ਹੀ ਜ਼ਿੰਮੇਵਾਰ ਆ। ਡਾਕਟਰ ਜਗਵੰਤ ਸਿੰਘ ਜੀ, ਝੋਨਾ ਅੱਜ ਤਾਂ ਨਹੀਂ ਬੀਜਣਾ ਸ਼ੁਰੂ ਕੀਤਾ ਸੀ, ਝੋਨਾ ਤਾਂ ਵਰ੍ਹਿਆਂ ਤੋਂ ਬੀਜਦੇ ਆ ਰਹੇ ਸੀ, ਝੋਨੇ ਦੇ ਨਾਲ ਕਿਹੜੀਆਂ ਸਮੱਸਿਆਵਾਂ ਆਉਣਗੀਆਂ ਉਹ ਵੀ ਸਾਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਜੋ ਝੋਨਾ ਬੀਜਣਾ ਸ਼ੁਰੂ ਕੀਤਾ ਸੀਗਾ।
हुण मसला दिल्ली की आबो हवा ते आया ते सरकारां नूं टेंशन पै गई, ट्वीट किए जा रहे हैं, एक दूजे के उपर इल्जाम जिहड़े उह लगाए जा रहे हैं। हुण मसला पराली का हल लभण दा जां दिल्ली नूं साफ रखण दा? असल पराली ते जिहड़ा फोकस है वह तो दिल्ली से जो इस सीजन के हर साल तकरीबन एनवायरमेंट की पोजिशन होंगी है जिदे एन जी टी फिर उन्होंने खिचाई करता कि तुम ये प्रबंध क्यों नहीं किया, ये प्रबंध क्यों नहीं किया, जो सवाल उठते वो करके पराली पर फोकस बनया हुआ। जे आप देखिए तो जी दिल्ली के आबो हवा खराब होंगी है वह सारा का सारा जो आप हरियाणा की पराली तो कह लो भी उन्होंने कहे भी ये करके है तो यह भी गलत है क्योंकि जो पाकिस्तान के भी इस तरीके की स्टबल बर्निंग होंगी है, पराली सड़ी जाती है, वो हवा भी अल्टीमेटली दिल्ली तो उस पास निकलती है। जे आप पिछले कुछ दिनों देखिए पंजाब बारिश होने तो बाद पराली बहुत ही इन्नी सड़ी नहीं सी जदों दिल्ली का जिहड़ा एनवायरमेंट बदलना शुरू हो गया और जो उसके सैटेलाइट की पिक्चर उस पीरियड के दौरान पाकिस्तान के इस तरीके पराली सड़न के काफ़ी तेजी ना कह लो कार्रवाई चली जा रही थी। तो वह एनवायरमेंट के एक मुद्दा जिहड़ा पराली का है जिदे ते अल्टीमेटली आके फोकस हो जाता, पर कल्ली पराली जिम्मेदार नहीं है, जो सारा इंडस्ट्रियल पोल्यूशन है दूजे सारे मसले ने गिने नहीं जी। दिल्ली दे विच इन्नी इन्नी इंडस्ट्री है उन्नू तां गिने नहीं जा रहा, वो रात नू टायर साड़दे आ उन्दे बारे कोई गल ही नहीं करदा, उहदे बारे गल नहीं हुंदी क्योंकि इह सीज़न इस तरीके दा है जिथे आके इह चीज़ हाईलाइट हुंदी है, तो इस करके पराली ते फोकस है। अदरवाइज़ जो किसानां दे लई पराली दे जो कॉस्ट है उन्हां लई बेयर करनी मुमकिन नहीं है, तुसीं किसी ना किसी तरीके ना जां तां उहनूं कॉस्ट दा हिस्सा बनाओ, एमएसपी जो फिक्स करते हैं वो दे इसकी कैलकुलेशन प्रॉपर तरीके ना करो, जे तुसीं उस विच उन्हां नूं प्रॉफिट नहीं देना 50% मार्जिन नहीं ऐड करना तो सैपरेट कंपोनेंट के तौर पर करो, तो फिर उन्होंने किसान की जिम्मेदारी फिक्स की जा सकती है। जदों तुसीं किसान नूं कंपनसेट नहीं कर रहे तो यह एनवायरमेंट का इशू है, तो पूरे मुल्क का इशू है, कल्ले किसान की जिम्मेदारी नहीं हो सकती कि वह पराली छड़ के अपने अपने पल्लों खर्च के पराली सड़न का काम छड़े तो बाकी मुल्क जिहड़ा उसका फायदा उठाए। और जिन्नी कि इसकी कॉस्ट है, मैं शायद थोड़े ही चैनल से एक बार पिछले साल भी डिस्कशन करते किया सी कि जे इस संजीदा होने की जरूरत है तो इस दे उत्ते जिन्ना कोई पैसा लगता है वो एडा बस मसला नहीं होना चाहिए सरकारां दे। फॉर एग्जाम्पल कि जो 249 करोड़ एक साल तुसीं दे रहे हैं और पंजाब गवर्नमेंट यह कह रही है फिर 7,337 जी मशीन इसी किसानों को बंट दी हैं तो अल्टीमेटली तुसीं अंदाजा लाने कि सर 28,000 के करीब होनी चाहिए है, तो यह जिहड़ा हर साल का रौला है ये एक साल तुसी हज़ार करोड़ वंड के और सोसाइटी के थ्रू उन्होंने जो जरूरतों के हिसाब न एक्सपर्ट्स इनगेज करके तुम कर सकते हैं। जिदा कि इन्होंने थड़ी साहब ने गल कही है कि पंजाब में छोटे जो करैक्टर ने वो हैप्पी सीडर की करे, तुम जो हैप्पी सीडर दे रहे हैं और जो छोटे किसान चाहिए वो नहीं दे रहे तो इसका मतलब यह है कि कैप्टन सरकार बेसिकली बड़े किसानों तो मदद कर रही है, छोटे किसानी मदद नहीं हो रही, गलती कर रही है पॉलिसी के तौर पर कर रही है जा अपने भाईचारे की मदद कर रही है। ये सारे मुद्दे किसान जथेबंदियां ते जिहड़े इकोनमिस्ट है जिहड़े एग्रीकल्चर इक्विपमेंट के एक्सपर्ट है उन्होंने बैठ के उसका हल लभण की कोशिश करनी चाहिए। ठीक है थेड़ी साहब, हैप्पी सीडर की कीमत तकरीबन 1.5 लाख 2.5 लाख हैप्पी सीडर ता जी जिहड़ा किन्नी सबसिडी किन्नी मिलदी तुहानू उत्ते? इस हैप्पी सीडर ता दित्ता ही कोई नहीं, मैं इन्हां नूं चैलेंज करदा भी किहड़े पिंड च किन्ने दित्ते सानू दस्सिया ता जावे। जिहड़ा ग्रीन ट्रिब्यूनल दा फैसला है वो कहता है 2.5 किले जमीन आए मुक्ति हैप्पी सीडर दिता जाए, 5 किले आए 5,000 लैके दिता जाए, जो 10 किले तो वध आला 15,000 का दिता जाए। असी डायरेक्टर एग्रीकल्चर पुछते हैं कि सानू पिंड का नाँ दसो किन्ने हैप्पी सीडर दते हैं कितने दते हैं, हैप्पी सीडर तो बिल्कुल दिता ही नहीं गया, जमीन पहुंचे किथे पहुंचे सानू दस्या जावे केड़े जिले च किन्ने दिते गए। दूजी मसला दूजा मसला है बई जिहड़े लोग मंगते हैं छोटा जिमीदार मंगता कि रोटावेटर दे दो एक दो बारी वध बाल के पराली विच रल जाऊगी, वो रोटावेटर ते सबसिडी बंद कर दिती। असी डायरेक्टर साहब नूं पुछिया कि रोटावेटर क्यों बंद करे, किन्ने सबसिडी बंद कीती हर साल बदनाम किया जाता है, दिल्ली दे विच प्रदूषण बढ़ गया। मैं अज पुछना चाहना भी इस साल तो पछवा की हवा ही नहीं चली, पछवा दिल्ली नूं इधर लैके जाऊगी, हवा तो पूरे दी चलती है, लाहौर नूं पाकिस्तान नूं तो जाऊगा, दिल्ली किस तरह पहुंच गया,
ਸਾਨੂੰ ਕਿਉਂ ਬਦਨਾਮ ਕਰਿਆ ਜਾਂਦਾ? ਦਿੱਲੀ ਦੇ ਵਿੱਚ ਪ੍ਰਦੂਸ਼ਣ ਆਪ ਹੋ ਰਿਹਾ, ਉੱਥੇ ਦੀਆਂ ਗੱਡੀਆਂ, ਮੌਸਮ ਬਦਲਦਾ, ਮੌਸਮ ਬਦਲਣ ਦੇ ਨਾਲ ਧੂੰਆਂ ਹੇਠਾਂ ਆ ਜਾਂਦਾ, ਉਹਦੇ ਨਾਲ ਪ੍ਰਦੂਸ਼ਣ ਵੱਧ ਜਾਂਦਾ। ਦੂਜਾ ਕੱਲ੍ਹ ਨੂੰ ਆਊਗਾ, ਹਜ਼ਾਰਾਂ 'ਚ ਰਾਵਣ ਫੂਕਿਆ ਜਾਣਾ, 210 ਫੁੱਟ ਦੇ ਸਾਈ ਉੱਚਾ, 110 ਫੁੱਟ ਆਪਣੇ ਚੰਡੀਗੜ੍ਹ 'ਚ ਬਣਿਆ ਪਿਆ, ਉਹਦੇ 'ਚ ਕਿੰਨਾ ਬਰੂਦ ਫੂਕ ਹੋਊਗਾ ਮਿੱਤਲ ਸਾਹਿਬ? ਉਹਦੇ ਨਾਲ ਕਿੰਨਾ ਪ੍ਰਦੂਸ਼ਣ ਵਧੂਗਾ? ਸਾਡੇ ਜੁੰਮੇ ਕਿਉਂ ਲਾਏ ਜਾਂਦਾ ਮਿੱਤਲ ਸਾਹਿਬ ਜੀ? ਤੁਸੀਂ ਇਸ ਬਿਆਨ ਤੋਂ ਭੱਜੀ ਹੋਣਾ, ਤੁਹਾਡੇ ਕੇਂਦਰੀ ਮੰਤਰੀ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਆ ਪਰਾਲੀ ਦੇ ਮਾਮਲੇ 'ਤੇ। ਹੁਣ ਜਦੋਂ ਇਹ ਕਹਿੰਦੇ ਆ ਕਿ ਪ੍ਰਦੂਸ਼ਣ ਹੋਰ ਚੀਜ਼ਾਂ ਦਾ ਹੁੰਦਾ, ਕਿਸਾਨ ਨੂੰ ਇਕੱਲੇ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ? ਦੇਖੋ, ਜਿੱਥੇ ਤੱਕ ਪਰਾਲੀ ਦਾ ਮਸਲਾ ਹੈ, ਜਿਸ ਤਰ੍ਹਾਂ ਪਹਿਲੇ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਪਰਾਲੀ ਦਾ ਮਸਲਾ ਜਦੋਂ ਹਾਈਲਾਈਟ ਹੋਇਆ, ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਕਿ ਸੁਪਰੀਮ ਕੋਰਟ ਦੁਆਰਾ ਬਣਾਇਆ ਬੈਂਚ ਹੈ, ਉਸਦੇ ਵੱਲੋਂ ਇਸ ਮਸਲੇ ਨੂੰ ਚੱਕਿਆ ਗਿਆ, ਔਰ ਇਸ ਮਸਲੇ ਦਾ ਜਦੋਂ ਉੱਥੋਂ ਗਾਈਡਲਾਈਨਸ ਔਰ ਡਾਇਰੈਕਸ਼ਨਸ ਆ ਗਈਆਂ ਕਿ ਇਹਨਾਂ ਨੂੰ ਫੋਲੋਅਪ ਕੀਤਾ ਜਾਵੇ, ਤਾਂ ਇਸ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਮਸਲੇ ਦਾ ਹੱਲ। ਮੇਰੇ ਸਵਾਲ ਦਾ ਜਵਾਬ ਨਹੀਂ ਹੈਗਾ, ਮੈਂ ਉਹੀ ਦੱਸਣ ਲੱਗਿਆ ਤੁਹਾਨੂੰ, ਉਸੇ ਗੱਲ 'ਤੇ ਆ ਰਿਹਾ। ਤਾਂ ਪਰਾਲੀ ਦਾ ਮਸਲਾ ਕਿਉਂਕਿ ਕਿਸਾਨਾਂ ਨਾਲ ਜੁੜਿਆ ਹੋਇਆ ਮਸਲਾ ਹੈ, ਔਰ ਇਹ ਮਸਲਾ ਸਮਾਜ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਮੈਂ ਕਿਸਾਨਾਂ ਦੇ ਨੂੰ ਮੈਂ ਦੋਸ਼ ਨਹੀਂ ਦਿੰਦਾ, ਕਿਉਂਕਿ ਇਹ ਮਸਲਾ ਤੁਹਾਡੀ ਪਾਰਟੀ ਦੇ ਨੁਮਾਇੰਦੇ ਦਿੰਦੇ ਆ ਮਿੱਤਲ ਸਾਹਿਬ, ਤੁਹਾਨੂੰ ਜਵਾਬ ਦੇਣਾ ਪਊ ਇਸ ਗੱਲ ਦਾ। ਕਿਉਂ ਕਹਿ ਦਿੰਦੇ ਆ ਉਹ? ਉੱਥੇ ਦਿੱਲੀ 'ਚ ਬੈਠੇ ਉਹਨਾਂ ਨੂੰ ਪਤਾ ਪੰਜਾਬ ਦਾ ਕਿਸਾਨ ਕੀ ਕਰਦਾ ਪਿਆ? ਪੰਜਾਬ ਦਾ ਕਿਸਾਨ ਪਤਾ ਹੁੰਦਾ ਫਿਰ ਪੰਜਾਬ ਦੇ ਕਿਸਾਨਾਂ ਦੀ ਮਸਲਾ ਸਾਲ ਪਛਵਾ ਦੀ ਹਵਾ ਨਹੀਂ ਚੱਲੀ ਆ, ਸਾਲ ਦਾ ਜਵਾਬ ਦੋ ਵੀ ਦਿੱਲੀ ਪਰ। ਮੇਰ ਸਿੰਘ ਜੀ, ਮੈਂ ਤੁਹਾਡੀ ਗੱਲ ਦਾ ਜਵਾਬ ਹੀ ਦੇਣ ਲੱਗਿਆ, ਜੇ ਤੁਹਾਡੀ ਗੱਲ ਦੇ ਉੱਤੇ ਹੀ ਉਹਨਾਂ ਨੇ ਸਵਾਲ ਕੀਤਾ, ਜਿਹੜਾ ਪੰਜਾਬ ਦਾ ਕਿਸਾਨ ਹੈ, ਚਾਹੇ ਹਰਿਆਣੇ ਦਾ ਕਿਸਾਨ ਹੈ, ਚਾਹੇ ਉੱਤਰ ਪ੍ਰਦੇਸ਼ ਦਾ ਕਿਸਾਨ ਹੈ, ਚਾਹੇ ਕਿਸੇ ਜਗ੍ਹਾ ਦਾ ਵੀ ਕਿਸਾਨ ਹੈ, ਉਹ ਕਿਸਾਨਾਂ ਦੀਆਂ ਜਿਹੜੀਆਂ ਦਿੱਕਤਾਂ ਉਹਨਾਂ ਨੂੰ ਦੇਖਦੇ ਹੋਏ ਹੀ ਕੇਂਦਰ ਸਰਕਾਰ ਨੇ ਹਰ ਸਟੇਟ ਦੇ ਵਿੱਚ ਪੈਸੇ ਦੇਣ ਦਾ ਪ੍ਰਬੰਧ ਕੀਤਾ, ਹਰ ਸਟੇਟ ਦੇ ਵਿੱਚ ਉਸ ਨੂੰ, ਕਿਉਂਕਿ ਕੇਂਦਰ ਸਰਕਾਰ ਆਪਣੇ ਆਪ ਕੁਛ ਨਹੀਂ ਕਰ ਸਕਦੀ, ਉਹਦੀ ਮੈਨੇਜਮੈਂਟ ਪ੍ਰਦੇਸ਼ ਸਰਕਾਰ ਨੇ ਕਰਨੀ ਹੈ, ਔਰ ਉਹਦੇ ਪੈਸੇ ਦਿੱਤੇ ਆ, ਔਰ ਉਹ ਪੈਸੇ ਨੂੰ ਅੱਗੇ ਇਸਤੇਮਾਲ ਕਰਕੇ ਕਿਸਾਨਾਂ ਦੀ ਮਦਦ ਕਰਨੀ ਹੈ ਪ੍ਰਦੇਸ਼ ਸਰਕਾਰ ਨੇ, ਤਾਂ ਕਿ ਪਰਾਲੀ ਦੀ ਮੈਨੇਜਮੈਂਟ ਹੋ ਸਕੇ। ਤੁਸੀਂ ਇਹ ਨਹੀਂ ਕਿਹਾ ਵੀ ਸਾਡੇ ਮੰਤਰੀਆਂ ਨੂੰ ਇਹ ਬਿਆਨ ਨਹੀਂ ਦੇਣੇ ਚਾਹੀਦੇ? ਨਹੀਂ, ਮੈਂ ਤੁਹਾਨੂੰ ਦੇਖੋ, ਤੁਹਾਨੂੰ ਜਿਸ ਚੀਜ਼ ਦੇ ਬਾਰੇ ਵੀ ਸੰਗ ਲੱਗਦੀ ਪਈ? ਨਹੀਂ ਨਹੀਂ, ਮੈਨੂੰ ਕੋਈ ਸੰਗ ਨਹੀਂ ਲੱਗਦੀ, ਮੈਂ ਜਿਹੜੀ ਗੱਲ ਫੈਕਚੁਅਲ ਹੈ ਉਹੀ ਕਹਾਂ। ਤੁਸੀਂ ਇਹ ਗੱਲ ਕਹੋ ਕਿ ਦਿੱਲੀ 'ਚ ਬੈਠੇ ਸਾਡੇ ਮੰਤਰੀ, ਦਿੱਲੀ 'ਚ ਬੈਠੇ ਸਾਡੇ ਮੰਤਰੀਆਂ ਨੂੰ ਕਿਸਾਨਾਂ ਬਾਰੇ ਵੀ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ? ਬਿਲਕੁਲ ਨਹੀਂ। ਜਿਸ ਗੱਲ ਦੇ ਉੱਤੇ ਸੁਪਰੀਮ ਕੋਰਟ ਦੇ ਗ੍ਰੀਨ ਬੈਂਚ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੋਈ ਕਮੈਂਟ ਕੀਤਾ, ਕੋਈ ਸਟੇਟਮੈਂਟ ਦਿੱਤੀ ਹੈ, ਉਸ ਨੂੰ ਸਰਕਾਰ ਕਿਵੇਂ ਕੰਟਰਡਿਕਟ ਕਰ ਸਕਦੀ ਹੈ? ਸਰਕਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਪਰਾਲੀ ਸਾੜਨ ਦੀ ਵਜ੍ਹਾ ਕਰਕੇ ਦਿੱਲੀ 'ਚ ਪ੍ਰਦੂਸ਼ਣ ਹੁੰਦਾ, ਉਹ ਇੱਕ ਜਜਮੈਂਟ ਦੇ ਵਿੱਚ ਇੱਕ ਰੀਜ਼ਨ ਉਹਨਾਂ ਨੇ ਵੀ ਕਹੀ ਹੈ, ਸੁਪਰੀਮ ਕੋਰਟ ਨੇ ਜਜਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਹੈ। ਸਰ, ਸੁਪਰੀਮ ਕੋਰਟ ਦੀ ਮੰਨਣੀ ਪਊਗੀ ਤੁਹਾਡੀ ਸਾਹਿਬ? ਸੁਪਰੀਮ ਕੋਰਟ ਕਹਿ ਰਹੀ ਹੈ, ਤੁਸੀਂ ਕਹਿੰਦੇ ਹਵਾ ਇੱਥੇ ਚੱਲਦੀ, ਸੁਪਰੀਮ ਕੋਰਟ ਨੂੰ ਜਿਹੜੀ ਹਵਾ ਦਾ ਪਤਾ ਸੁਪਰੀਮ ਕੋਰਟ ਨੇ ਉਹੀ ਗੱਲ ਕਰਨੀ ਨਾ। ਮੈਂ ਪੁੱਛਣਾ ਚਾਹੁੰਦਾ ਜੀ, ਕੋਈ ਵੀ ਮਾਹਰ ਸਾਨੂੰ ਸਾਬਤ ਕਰੇ ਵੀ ਪਛਵਾ ਦੀ ਹਵਾ ਕਿਹੜੀ ਤਰੀਕ ਨੂੰ ਚੱਲੀ ਹੈ, ਉਹ ਧੂੰਆਂ ਦਿੱਲੀ ਕਿਸ ਤਰ੍ਹਾਂ ਗਿਆ, ਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧਦਾ, ਉੱਥੇ ਦੀਆਂ ਫੈਕਟਰੀਆਂ, ਉੱਥੇ ਦੀਆਂ ਗੱਡੀਆਂ ਲੱਖਾਂ 'ਚ ਗੱਡੀ ਫਿਰਦੀ ਹੈ, ਉਹਦੇ ਨਾਲ ਵੱਧਦਾ ਹੈ, ਮੌਸਮ ਬਦਲਦਾ, ਕੋਈ ਦੋ ਰਾਏ ਨਹੀਂ। ਦੇਖੋ, ਤੁਸੀਂ ਠੀਕ ਕਹਿੰਦੇ ਹੋ, ਦਿੱਲੀ 'ਚ ਪ੍ਰਦੂਸ਼ਣ ਸਿਰਫ ਪਰਾਲੀ ਕਾਰਨ ਨਹੀਂ ਹੈ, ਉਹਦੇ ਕਈ ਕਾਰਨ ਹੈ, ਲੇਕਿਨ ਪਰਾਲੀ ਇੱਕ ਰੀਜ਼ਨ ਹੈ ਜਿਹਨੂੰ ਡੀਲ ਕੀਤਾ ਸੁਪਰੀਮ ਕੋਰਟ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬੈਂਚ ਨੇ, ਔਰ ਉਸ ਦੇ ਉੱਤੇ ਸੁਪਰੀਮ ਕੋਰਟ ਨੇ ਸਰਕਾਰ, ਸੁਪਰੀਮ ਕੋਰਟ ਨੇ ਜਜਮੈਂਟ ਤੇ ਦਿੱਲੀ ਦੀਆਂ ਗੱਡੀਆਂ ਤੇ ਵੀ ਦਿੱਤੀ ਹੈ, ਬਿਲਕੁਲ ਦਿੱਤੀ ਹੈ, ਦਿੱਲੀ ਦੀ ਸਨਅਤ ਤੇ ਵੀ ਦਿੱਤੀ ਹੈ, ਬਿਲਕੁਲ ਦਿੱਤੀ ਹੈ, ਬਿਲਕੁਲ ਦਿੱਤੀ ਹੈ, ਇਹਦੇ 'ਚ ਕੋਈ ਜਰਾ ਹੀ ਨਹੀਂ। ਔਰ ਟ੍ਰੈਫਿਕ ਜਿਹੜਾ ਵਹੀਕਲਰ ਪੋਲਿਊਸ਼ਨ ਹੈ, ਉਸ ਦੇ ਬਾਰੇ 'ਚ ਵੀ ਅਸੀਂ ਕਹਿੰਦੇ ਹਾਂ ਉਹ ਵੀ ਕੰਟਰੋਲ ਹੋਣਾ ਚਾਹੀਦਾ। ਡਾਕਟਰ ਸੰਧੂ, ਹੈਪੀ ਸੀਡਰ ਜ਼ਮੀਨ ਤੇ ਪਹੁੰਚਿਆ ਨਹੀਂ, ਰੋਟਾਵੇਟਰ ਤੇ ਸਬਸਿਡੀ ਤੁਸੀਂ ਬੰਦ ਕਰਤੀ, ਤੁਸੀਂ ਕਹਿੰਦੇ ਅਸੀਂ ਬਹੁਤ ਕੁਝ ਕਰ ਰਹੇ ਹਾਂ ਜੀ। ਦੇਖੋ, ਜਿੱਥੋਂ ਤੱਕ ਹੈਪੀ ਸੀਡਰਸ ਦਾ ਤਾਲਕ ਹੈਗਾ, ਜਿੰਨੇ ਸਰਕਾਰ ਕਹਿ ਰਹੀ ਹੈ ਉਹਨੇ ਪਰਚੇਜ਼ ਹੋਏ ਆ, ਔਰ ਉਹ ਸੁਸਾਇਟੀਆਂ ਦੇ ਵਿੱਚ ਦਿੱਤੇ ਵੀ ਗਏ ਆ। ਜਿਹੜੀ ਪਹਿਲੀ ਗੱਲ ਇਹਨਾਂ ਨੇ ਕਹੀ ਸੀਗੀ ਵੀ 59 ਟਰੈਕਟਰ ਜਿਹੜਾ ਹੈ ਉਹ ਖਿੱਚ ਸਕਦਾ, ਦੂਜਾ ਖਿੱਚ ਨਹੀਂ ਸਕਦਾ ਗਾ। ਇਹ ਮਜ਼ਾਕ ਜਿਹੜੇ ਹੁੰਦੇ ਆ ਨਾ, ਜਿਹੜੇ ਬਾਅਦ 'ਚ ਲੱਗਦੇ ਵੀ ਇਹ ਤਾਂ ਮਾਹੌਲ ਹੀ ਕਰਤਾ, ਇਹ ਐਕਚੁਅਲੀ ਕਿਹੜੀ ਸਰਕਾਰ ਜਿਹੜੀ ਬੇਵਕੂਫ ਹੋਊਗੀ ਵੀ ਹੈਪੀ ਸੀਡਰ ਖਰੀਦ ਲਿਆ, ਟਰੈਕਟਰ ਚਲਾਉਣ ਨੂੰ ਦਿੱਤਾ ਨਹੀਂ, ਕੋਈ ਕਰ ਸਕਦਾ ਨਹੀਂ। ਰੌਲਾ ਸਿਰਫ ਇਹ ਹੈਗਾ ਵੀ ਜਿਹੜੀ ਉਹ ਮਿੰਗਣਾ ਪਾ ਪਾ ਕੇ ਦੁੱਧ ਦੇਣ ਵਾਲੀ ਗੱਲ ਹੈ ਨਾ, ਸੈਂਟਰਲ ਗਵਰਨਮੈਂਟ ਕਿਉਂ ਨਹੀਂ ਆਪਦੇ ਸਾਇੰਟਿਸਟ, ਸਾਡੇ ਕੋਲ ਰਿਸਰਚ ਦੇ ਸਾਧਨ ਜ਼ਿਆਦਾ ਕਿ ਸੈਂਟਰ ਕੋਲ ਜ਼ਿਆਦਾ ਨੇ, ਸਾਡੇ ਕੋਲ ਪੈਸਾ ਜ਼ਿਆਦਾ ਕਿ ਸੈਂਟਰ ਕੋਲ ਜ਼ਿਆਦਾ? ਇਹ ਮਸਲਾ ਹਰ ਸਾਲ ਆਉਂਦਾ, ਇਕੱਲੀ ਦਿੱਲੀ ਨੂੰ ਲੈ ਕੇ ਰੋਈ ਜਾਂਦੇ ਆ, ਹਰ ਸ਼ਹਿਰ ਜਿਹਦੇ ਆਲੇ ਦੁਆਲੇ ਪਰਾਲੀ ਫੂਕੀ ਜਾਂਦੀ ਹੈ ਜਾਂ ਉੱਧਰੋਂ ਹਵਾ ਵਗਦੀ ਹੈ ਕਿਸੇ ਵੀ ਕਾਰਨ ਫੈਕਟਰੀਆਂ ਤੋਂ ਵਗਦੀ ਹੈ, ਉੱਥੇ ਪ੍ਰਦੂਸ਼ਣ ਹੋਣਾ ਹੀ ਹੋਣਾ, ਔਰ ਉਹਨੂੰ ਕੰਟਰੋਲ ਕਰਨ ਵਾਸਤੇ, ਖਾਸ ਕਰਕੇ ਕਿਸਾਨ ਦੀ ਹੈਲਪ ਕਰਨ ਵਾਸਤੇ ਸੈਂਟਰਲ ਗਵਰਨਮੈਂਟ ਜਿਵੇਂ ਇਹ ਕਹਿੰਦੇ 1,000 ਕਰੋੜ ਰੁਪਇਆ ਦੇ ਦੇਣ, 1,000 ਕਰੋੜ ਰੁਪਇਆ ਨਹੀਂ ਚਾਹੀਦਾ ਸਾਨੂੰ, ਅਸੀਂ ਕੀ ਝੱਸਣਾ? ਸੈਂਟਰ ਯਾਨੀ ਕਿ ਕਿਸਾਨ ਨੂੰ ਫੋਟਵਲ ਬਣਾਇਆ ਹੋਇਆ, ਕਦੇ ਇੱਧਰ ਸਿੱਟਦਾ ਕਦੇ ਉੱਧਰ ਸਿੱਟਦਾ, ਇਹ ਕਰ ਰਹੇ ਹੋ ਨਾ ਤੁਸੀਂ ਸਾਰੇ। ਇਟਸ ਅ ਵੈਰੀ ਵੈਰੀ ਇੰਪੋਰਟੈਂਟ ਇਸ਼ੂ ਕਿ ਉਹ ਇਹ ਜਿਹੜੀਆਂ ਚੀਜ਼ਾਂ
पहली गल हैप्पी सेंटर अज नहीं आया, 10 साल पहला सरकार च राज करके गई है पार्टी जी सेंटर अज काबज है और इन्हों के भाईवाल बैठे है। इन्होंने 10 सालों के की खरीदया अखे जी, असं हैप्पी सेंटर खरीदे सी, किन्ने खरीदे सी कोई पता नहीं, और एक बायोमास प्लांट लाया जिहड़ा दूजा जरिया पराली नू टेक केयर करन दा, वो बायोमास प्लांट दे विच फ्यूल है। एक लाया कित्थे लाया, लंबी किने लाया, अखे जी यूपी तो कोई रिश्तेदार ना, यूपी का कोई किसान है, यूपी का किसान नहीं है बॉबी बादल है जिहड़ा गड्डी चलाउंदा रहा सुखबीर दी और उहदा फर्स्ट कज़न है। हर एक चीज अन्ना सबूत है सी ते, यस जाके देख लो पुछ लो कागज कढ़ा लो, अन्ना वंडे सिरनी मुड़ मुड़ करदिआं नू बठिंडे च ਘੁੱਦੇ ਚ ਯੂਨੀਵਰਸਿਟੀ ਬਠਿੰਡੇ ਯੂਨੀਵਰਸਿਟੀ 6 ਲੇਨਿੰਗ ਸੜਕ ਪਿੰਡ ਤੱਕ ਇਹਨਾਂ ਦਾ ਤੁਸੀਂ ਸਮੱਸਿਆ ਦਾ ਹੱਲ ਕਰੋ, ਤੁਸੀਂ ਪਟਿਆਲੇ ਪਲਾਂਟ ਲਾ ਲਓ, ਸਮੱਸਿਆ ਦਾ ਹੱਲ ਕਰ ਦਿਓ, ਤੁਸੀਂ ਪਟਿਆਲੇ ਪਲਾਂਟ ਲਾ ਦਿਓ, ਸਮੱਸਿਆ ਦਾ ਹੱਲ ਤਾਂ ਕਰੋ ਨਾ ਉਹਦਾ। ਓਕੇ ਓਕੇ ਤੁਸੀਂ ਪੈਸੇ ਦਵਾ ਦਿਓ ਇਹਨਾਂ ਤੋਂ, ਜੇ ਖਾ ਕੇ ਭੱਜ ਕੇ ਅਸੀਂ ਲਵਾ ਦਿਆਂ ਪਲਾਂਟ, ਪਲਾਂਟ ਲਾਉਣ ਵਾਸਤੇ ਕਿਤੇ ਮਿੱਟੀ ਜਾ ਖੜਾ ਕਰਕੇ ਉੱਥੇ ਕਿਲਾ ਬਣਾਉਣਾ ਵੀ ਅਸੀਂ, ਰੇਤੇ ਦਾ ਕਿਲਾ ਬਣਾਉਣਾ, ਯਾਨੀ ਕਿ ਸਾਰਾ ਕੋਈ ਕੇਂਦਰ ਸਰਕਾਰ ਜ਼ਿੰਮੇ। ਨੋ ਨੋ ਕੇਂਦਰ ਨਹੀਂ ਕਹਿੰਦੇ ਅਸੀਂ ਇਹਨਾਂ ਨੂੰ, ਜਦੋਂ ਇਹਨਾਂ ਦੇ MSP ਫਿਕਸ ਕਰਦੀ ਹੈ ਇਹਨਾਂ ਨੂੰ ਪਤਾ ਨਹੀਂ ਵੀ ਪਰਾਲੀ ਸੜਨੀ ਹੈ, ਉਹਦੇ ਵਿੱਚ 200 ਰੁਪਈਆ ਦੇ ਕੇ ਕਿਸਾਨ ਕਰਦੇ ਆ, 180 ਰੁਪਈਏ ਫਰਟੀਲਾਈਜ਼ਰ ਵਧਾਤਾ, 180 ਰੁਪਈਏ ਦਵਾਈਆਂ ਵਧਾਤੀਆਂ, ਪੈਟਰੋਲ ਦੀ ਗੱਲ ਕਰਦੇ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਪੈਟਰੋਲ ਕਿੱਥੇ ਪਹੁੰਚਾਤਾ ਹੈਗਾ, ਤਿੰਨ ਦਿਨਾਂ ਦੇ ਕੇ ਉਹ ਕਹਿੰਦੇ 50 ਸਰਕਾਰਾਂ ਨੇ ਕੀਤਾ, ਅਸੀਂ ਕਿੱਥੋਂ ਕਰਦੇ ਹਾਂ ਭਾਈ, ਸਾਨੂੰ ਰੈਵਨਿਊ ਚਾਹੀਦਾ। ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ, ਅਸੀਂ ਕਿਸਾਨਾਂ ਦੇ ਦੁਸ਼ਮਣ ਹਾਂ, ਜੇ MSP ਦਾ ਮਸਲਾ ਖੜਾ ਹੋ ਗਿਆ ਇੱਥੇ ਆ ਕੇ, ਤੇ ਬ੍ਰੇਕ ਤੋਂ ਬਾਅਦ ਆ ਕੇ ਸਵਾਲ ਕਰਾਂਗੇ ਜ਼ਰੂਰ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਜਿਹੜੀ ਉਹ ਇਸ ਮਸਲੇ ਦਾ ਹੱਲ ਕੱਢਦੀ ਹੈ ਜਾਂ ਨਹੀਂ ਕੱਢਦੀ, ਉਹ ਲਾਗੂ ਤਾਂ ਹੋ ਨਹੀਂ ਰਹੀ। ਬ੍ਰੇਕ ਤੋਂ ਵਾਪਸ ਆ ਕਿ ਪਰਾਲੀ ਦਾ ਮਸਲਾ ਹੱਲ ਨਾ ਕਰਨ ਪਿੱਛੇ ਇਕੱਲੀ ਸਰਕਾਰਾਂ ਦੀ ਗੈਰ ਸੰਜੀਦਗੀ ਹੀ ਜ਼ਿੰਮੇਵਾਰ ਹੈ। ਡਾਕਟਰ ਜਗਵੰਤ ਸਿੰਘ ਜੀ, ਮੈਂ ਬ੍ਰੇਕ ਤੋਂ ਪਹਿਲਾਂ ਇੱਕ ਸਵਾਲ ਛੱਡ ਕੇ ਗਿਆ ਸੀਗਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਸ ਮਸਲੇ ਦਾ ਹੱਲ ਕੱਢਦੀ ਹੈ? ਕਿਉਂਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜਦੋਂ ਆਪਾਂ ਕੋਸਟ ਕੈਲਕੂਲੇਸ਼ਨ ਕਰਨੀ ਹੈ, ਜੋ ਐਗਰੀਕਲਚਰ ਦਾ ਰੈਜ਼ੀਡਿਊ ਮੈਨੇਜਮੈਂਟ ਹੈ ਉਹ ਉਸ ਦਾ ਇੱਕ ਮੇਜਰ ਕੰਪੋਨੈਂਟ ਇਸ ਮੌਕੇ ਬਣਦਾ ਲੱਗਦਾ, ਪਰ ਜੇ ਉਸਨੂੰ ਇਸ ਵਿੱਚ ਪੂਰੀ ਤਰੀਕੇ ਨਾਲ ਇਨਕਲੂਡ ਕੀਤੇ ਬਗੈਰ ਕੋਸਟ MSP ਫਿਕਸ ਕੀਤੀ ਜਾਊਗੀ ਤਾਂ ਕਿਸਾਨ ਦੇ ਲਈ ਪ੍ਰੋਬਲਮ ਰਹੇਗੀ। ਜੇ NGT ਅਤੇ ਇਨਵਾਇਰਮੈਂਟ ਦੇ ਇਸ਼ੂ 'ਤੇ ਸਰਕਾਰਾਂ ਇਹ ਚਾਹੁੰਦੀਆਂ ਕਿ ਅਸੀਂ ਇਨਵਾਇਰਮੈਂਟ ਮੈਨੇਜਮੈਂਟ ਦਾ ਸੈਪਰੇਟ ਜ਼ਿੰਮੇਦਾਰੀ ਲੈਣੀ ਹੈ ਤਾਂ ਉਹਨੂੰ MSP 'ਤੇ ਨਹੀਂ ਇਨਕਲੂਡ ਕਰਨਾ ਚਾਹੁੰਦੇ ਤਾਂ ਫਿਰ ਉਸ ਕੇਸ ਦੇ ਵਿੱਚ ਉਹਦੀ ਸੈਪਰੇਟ ਮੈਨੇਜਮੈਂਟ ਦੀ ਆ ਕੋਆਪਰੇਟਿਵ ਸੁਸਾਇਟੀ ਦੇ ਰਾਹੀਂ ਕਿਸੇ ਤਰ੍ਹਾਂ ਮੈਨੇਜਮੈਂਟ ਕਰਨੀ ਆ, ਉਹਦਾ ਇੱਕ ਕੰਪ੍ਰੀਹੈਂਸਿਵ ਪਲਾਨ ਹੋਣਾ ਚਾਹੀਦਾ। ਇਸ਼ੂ ਤਾਂ ਅਲਟੀਮੇਟਲੀ ਇਨਵਾਇਰਮੈਂਟ ਦਾ, ਕਿਉਂਕਿ ਇਨਵਾਇਰਮੈਂਟ ਦੇ ਇਸ਼ੂ ਕਰਕੇ ਕਿਸਾਨ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਨਹੀਂ ਫੁਕਣੀ, ਤੁਸੀਂ ਇਹ ਨਹੀਂ ਕਰਨਾ। ਅਤੇ ਇਨਵਾਇਰਮੈਂਟ ਦੇ ਐਡੇ ਵੱਡੇ ਵੱਡੇ ਭਾਸ਼ਣ ਹੁੰਦੇ ਆ, ਮਨ ਕੀ ਬਾਤ ਹੁੰਦੀ ਆ, ਇਨਵਾਇਰਮੈਂਟ ਅਤੇ ਟੂਰਿਜ਼ਮ ਦੀ ਗੱਲ ਕਰਦੇ ਆ, ਉਹ ਸਭ ਕਿਵੇਂ ਉਹ ਪਲਾਨ ਤਾਂ ਕੋਈ ਹੋਊਗਾ ਨਾ, ਅਸੀਂ ਤਾਂ ਹੀ ਗੱਲਾਂ ਕਰਦੇ ਹਾਂ ਨਾ। ਅਤੇ ਪੋਲੀਟੀਕਲ ਪਾਰਟੀਆਂ ਅਤੇ ਪੋਲੀਟੀਕਲ ਲੀਡਰ ਤੋਂ ਭਾਸ਼ਣ ਦਾ ਜਦੋਂ ਮਰਜ਼ੀ ਕਰਾ ਲਓ, ਸਾਰੇ ਦੇ ਸਾਰੇ ਵੱਡੇ ਵੱਡੇ ਗੱਲਾਂ ਕਹਿ ਦਿੰਦੇ ਨੇ, ਐਕਚੁਅਲ ਜੋ ਰਿਐਲਿਟੀ 'ਚ ਇੰਪਲੀਮੈਂਟ ਕਰਨ ਦਾ ਮੁੱਦਾ ਆਉਂਦਾ, ਉੱਥੇ ਸਕੀਮ ਅਤੇ ਪਲਾਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ, ਉਹ ਕਮੀਆਂ ਜਦ ਤੱਕ ਐਡਰੈਸ ਨਹੀਂ ਕੀਤੀਆਂ ਜਾਣਗੀਆਂ ਤਾਂ ਇਸੇ ਤਰੀਕੇ ਨਾਲ ਆਪਾਂ ਸ਼ਾਇਦ ਹਰ ਸਾਲ ਇਸੇ ਮੁੱਦੇ 'ਤੇ ਫਿਰ ਡਿਸਕਸ ਕਰਾਂਗੇ। ਭਾਸ਼ਣ ਅਤੇ ਯੋਜਨਾ ਵਿੱਚ ਬਹੁਤ ਫਰਕ ਹੁੰਦਾ। ਬਿਲਕੁਲ ਮਿੱਤਲ ਸਾਹਿਬ, ਭਾਸ਼ਣ ਅਤੇ ਯੋਜਨਾ ਵਿੱਚ ਬਹੁਤ ਫਰਕ ਹੈ। ਐਸਾ ਨਹੀਂ, ਮੈਂ ਦੱਸਦਾ, ਮੈਂ ਡਾਕਟਰ ਸਾਹਿਬ ਦੀ ਗੱਲ ਦਾ ਵੀ ਔਰ ਡਾਕਟਰ ਭੁੱਲਰ ਡਾਕਟਰ ਸੰਧੂ ਨੇ ਵੀ ਜਿਹੜੀ ਗੱਲ ਕਹੀ ਹੈ, ਇਹਨਾਂ ਨੇ ਬਾਇਓਗੈਸ ਪਲਾਂਟ ਦੀ ਗੱਲ ਕੀਤੀ, ਮੈਂ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਤਾਂ ਬਾਇਓਗੈਸ ਪਲਾਂਟ ਦੇ ਬਾਰੇ 'ਚ ਕੁਝ ਸੋਚਦੀ ਨਹੀਂ ਪਈ। ਕੇਂਦਰ ਸਰਕਾਰ ਨੇ 1 ਅਕਤੂਬਰ ਨੂੰ ਕੇਂਦਰ 'ਚ ਜਿਹੜੇ ਸਾਡੇ ਪੈਟਰੋਲੀਅਮ ਮਿਨਿਸਟਰ ਹੈ ਉਹਨਾਂ ਨੇ ਡਿਕਲੇਅਰ ਕੀਤਾ ਕਿ ਅਸੀਂ 5000 ਬਾਇਓਗੈਸ ਪਲਾਂਟ ਸਾਰੇ ਹਿੰਦੁਸਤਾਨ 'ਚ ਲਗਾਉਣੇ, ਔਰ ਉਹਦੇ ਵਾਸਤੇ ਪ੍ਰਾਈਵੇਟ ਇੰਟਰਪ੍ਰੀਨਰਸ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ, ਔਰ ਇਹ 30 ਦਿਨ ਦਾ ਜਿਹੜਾ ਸਵੱਛਤਾ ਮਿਸ਼ਨ ਜਿਹੜਾ ਸ਼ੁਰੂ ਕੀਤਾ ਉਸ ਦੇ ਦੌਰਾਨ ਜਿਹੜਾ ਵੀ ਚਾਹੇ ਉਹਦੇ 'ਚ ਅਪਲਾਈ ਕਰ ਸਕਦਾ, ਔਰ ਉਹਦੇ 'ਚ 10 ਕਰੋੜ ਤੱਕ ਦਾ ਕੇਂਦਰ ਸਰਕਾਰ ਵੱਲੋਂ ਸਹਿਯੋਗ ਵੀ ਮਿਲਣਾ ਉਸ ਇੰਟਰਪ੍ਰੀਨਰ ਨੂੰ ਜਿਹੜਾ ਉਹ ਫੇਜ਼ਸ ਦੇ ਵਿੱਚ ਮਿਲਣਾ, ਉਹ ਸਾਰੀ ਸਕੀਮ 'ਚ ਦੱਸਿਆ ਉਹਨਾਂ ਨੇ, ਔਰ ਉਸ ਦੇ ਤਹਿਤ ਜਿੰਨਾ ਵੀ ਐਗਰੀਕਲਚਰ ਰੈਜ਼ੀਡਿਊ ਜਿਹਨੂੰ ਆਪਾਂ ਪਰਾਲੀ ਕਹਿ ਦਿੰਦੇ ਹਾਂ, ਚਾਹੇ ਉਹਦੇ 'ਚ ਤੁਸੀਂ ਐਨੀਮਲ ਡੰਗ ਹੈ, ਔਰ ਜਿਹੜਾ ਘਰਾਂ ਦਾ ਸੋਲਿਡ ਵੇਸਟ ਹੈ, ਜੋ ਮਿਊਂਸਪਲ ਸੋਲਿਡ ਵੇਸਟ ਹੈ, ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸਦੇ ਵਿੱਚ ਇਸਤੇਮਾਲ ਹੋ ਸਕਦੀਆਂ, ਔਰ ਉਸਦੇ ਇਸਤੇਮਾਲ ਹੋਣ ਦੇ ਨਾਲ ਜਿਹੜਾ ਸਾਨੂੰ ਬਾਏ ਪ੍ਰੋਡਕਟ ਮਿਲੂਗਾ, ਜਿਹੜਾ ਫਿਊਲ ਮਿਲੇਗਾ, ਉਹ CNG ਦੇ ਬਰਾਬਰ ਸਸਤਾ ਵੀ ਹੋਏਗਾ, ਕਾਰਬਨ ਐਮਿਸ਼ਨ ਵੀ ਘਟਣਗੇ, ਉਸ ਦੇ ਨਾਲ ਜ਼ਿੰਮੇਦਾਰ ਨੂੰ ਵੀ ਜਿਹੜੀ 4 ਪੈਸਿਆਂ ਦੇ ਸੋਰਸ ਆਫ ਇਨਕਮ ਬਣੂਗਾ, ਉਸ ਦੇ ਨਾਲ ਇੰਪਲੋਇਮੈਂਟ ਵੀ ਜਨਰੇਟ ਹੋਏਗੀ। ਇਹ ਸਾਰਾ ਫੇਜ਼ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਬਣਾਇਆ ਤਾਂ ਕਿ ਬਾਇਓਗੈਸ ਪਲਾਂਟ ਲੱਗਣ, ਉਹਦੇ ਨਾਲ ਸਾਡੀਆਂ ਜਿਹੜੀਆਂ ਫਿਊਲ ਦੀਆਂ ਡਿਪੈਂਡੈਂਸੀ ਹੈ ਉਹ ਵੀ ਘਟੇਗੀ, ਤਾਂ ਕਿ ਅਸੀਂ ਹਿੰਦੁਸਤਾਨ ਨੂੰ, ਅਸੀਂ ਕਿਸਾਨ ਨੂੰ ਵੀ ਸਟੈਂਡ ਕਰ ਸਕੀਏ, ਪਰਾਲੀ ਦੇ ਮੁੱਦੇ ਤੋਂ ਵੀ ਸਾਡਾ ਸਾਨੂੰ ਛੁਟਕਾਰਾ ਮਿਲ ਸਕੇ, ਔਰ ਅਸੀਂ ਜਿਹੜਾ ਵੇਸਟ ਮੈਨੇਜਮੈਂਟ ਹੈ ਉਸਨੂੰ ਵੀ ਠੀਕ ਕਰ ਸਕੀਏ, ਇੰਪਲੋਇਮੈਂਟ ਵੀ ਜਨਰੇਟ ਹੋਵੇ। ਇਸ ਦਾ ਸ਼ੁਰੂ ਹੋ ਚੁੱਕਿਆ ਪ੍ਰੋਸੈਸ, ਔਰ ਉਸ ਪ੍ਰੋਸੈਸ ਦੇ ਵਿੱਚ ਐਪਲੀਕੇਸ਼ਨ ਉਹਨਾਂ ਨੇ ਇਨਵਾਈਟ ਕਰ ਲਿੱਤੀਆਂ ਹੋਈਆਂ। ਹਾਂਜੀ ਥੋੜ੍ਹੀ ਸਾਹਿਬ, ਜਿਹੜਾ ਲੇਕਿਨ ਇੱਕ ਗੱਲ ਮੈਂ ਕਹਿਣੀ ਚਾਹੀਦੀ, ਇਹ ਲੌਂਗ ਟਰਮ ਪ੍ਰੋਸੈਸ ਹੈ, ਇਹਨੂੰ 2022 ਤੱਕ ਜਾਂ 2000 ਨਹੀਂ, ਇਹਦੇ 'ਚ ਫੇਜ਼ਸ ਦੇ ਵਿੱਚ ਹੈ,
2019 तक कुछ पहले फेज च लगने, 2022 तक, 2020 तक दूजा फेज चलना, 2022 तक तीसरा, 2025 तक पंजा पूरा। यानी कि ये प्लान हो है कोई सरकार जेडी मर्जी आवे जेडी मर्जी आवे प्लान अगे लेके जाऊगी जेडी मर्जी आवे। मैं गल पूछनी चाहना जी इथे, लेकिन आएगी यही सरकार। डॉक्टर स्वामी नाथन कमेटी दी रिपोर्ट दी गल आई, वो 8 साल कागज सरकार भी राज कर गया, सरदार मनमोहन सिंह भी प्रधानमंत्री रहे ना, उन्होंने लागू की, मोदी जी ने वायदा किया भी भज गया। दूजा मैं कहना चाहना बी जेडे बहदे है ना, मसला तो साडा अज अड़िया पिया है, साडे अज चलान किए जाने हैं, असी किसानां ने फैसला कर लिया भी कोई बंदा जुर्माना नहीं भरूगा, जे चलान करे जाणगे उहदा विरोध कीता जाऊ। जिस तरह सारियां किसान जथेबंदियां पराली ते कट्ठियां, असीं जुर्माना नहीं भरांगे, सब कोर्टां विच जावांगे, कोर्ट दे विच सज़ा तां कट लवांगे, जेलां च लै जाण सारे किसानां नूं, जेल चले जावांगे, पर साडी मजबूरी आ, अग लाउण ते कोई बंद नहीं होऊगा, ना बंद होवांगे, असीं अग ला रहे हैं ते अग लावांगे। खराब हो रहा साडा, कई किसान जथेबंदियां आपदे वल्लों पहल कर रही हैं पिंडां दे विच, उन्होंने मते पाए है कि असीं पराली नहीं साड़ांगे, उन्होंने कोई ना कोई हल भी कढ़े है क्या, तुसीं उस राह वल नहीं तुरोंगे जे सरकार नहीं मदद करेगी। मजबूरी है, 5 तों 7 क्विंटल झोने का झाड़ इस मौसम विच घट चुका है, 4 तों 5 हज़ार रुपया साडा पराली नूं खत्म करन ते वाधू खर्च हो रहा है, 140 रुपया जायज़ा रेट बढ़ चुके हैं, 53 रुपए तो 75 रुपए से डीजल पहुँच चुके हैं, किसान गल्फ रह रहेगा कल, किसान सल्फास खाऊगा जे पराली नूं ना अग लावे, किसान की मजबूरी है। लंबियां गल्लां जिन्नियां मर्जी करी जाण, गल तां अज दी है कि अज पराली नूं किसान ये कहिंदा ना सल्फास खाऊ किसान जी, मैनूं तां बड़ा दुख हुंदा, तुहानूं दुख हुंदा, मेरे अंदर कुछ मर जांदा, तुहानूं दुख हुंदा ना, समथिंग डाइज इनसाइड, ते फिर एफ आई आर ना करो ना किसान ते, फिर ओही गल आ बैठे आ कोले नेशनल, असीं नहीं कहा परचा करन लई, ए तुसी पंजाब सरकार ने कहा सी यार, गल तां सुनो, मैं करदा ही नहीं परचियां दी गल, मैं कोई होर करदा, पहले उंगल चक लैंदे, पहला गल सुणिया करो। देखो ग्रीन नेशनल ग्रीन ट्रिब्यूनल सुप्रीम कोर्ट ने बनाया, ओ दैट इज़ ए बॉडी विच इज़ गोइंग टू टेक एक्शन अगेंस्ट एनीबडी जिहड़ा एनवायरमेंट नूं पल्यूट करदा, सुप्रीम कोर्ट दीआं गाइडलाइनस दे मुताबिक। एक पासे तां कही जांदे केंद्र सरकार जिहड़ी मजबूर आ उहदे नेशनल ग्रीन ट्रिब्यूनल दे खिलाफ़ जा नहीं सकदे, तो असी किवें चले जाइए, नैशनल ग्रीन ट्रिब्यूनल ने तो स्यापा पाया वै सारा कि जिहड़ा नहीं करदा गा पराली साड़ूगा उन्होंने एस एस रेट से रेट एस रेट तो फाइन करो, सरकार जे नहीं करती, अज सेंटर को गए हैं, सानू कोई लोड़ नहीं झोली उड़न की, जे साडे खजाने उन्होंने दवानी छड़ी होंगी, जे साडी मदद की होंगी, तुसीं इह देखो के पी जी के जिहड़ा किसान का अपना झोना आ रहा है उन्होंने चुकाने वास्ते, क्योंकि दो फसल असी चुकाती बिना किसी औकड़ तो ऐतकिया वो भी इन्हें लेट करता, जिहड़ी चीज़ रूटीन प्रोसैस की है वह भी लेट करती। दूजी गल जदों मार पई आ पिछले दिनों के मीह की गड़िया की गरदौरी नाल दी नाल ऑर्डर हुई, गरदौरी के सारे दे डेटा ले गए, उन्होंने हुण पैसे किवें किवें देने वंडने, असी इकट्ठा करके पैसे वो वंडने हैं, वो भी असी देना, इन्हां वास्ते सीएम गया, सीएम कोई मोदी साहब नूं जफ्फी पाउण नहीं गया, सीएम साहब उत्थे गए आ सिर्फ इस करके बई जे मैं मिनट मेरे मिंत्र ने 100 रुपया वधा देण कुछ असी दे देंगे, किसान सौखा हो जाए। पराली की क्वांटम इन्ना हुंदा है, पराली जिहड़ी है ना एक खेत दी उहनूं सांभण वास्ते बराबर दा खेत चाहिए। ठीक ठीक संधु साहब ने जो कहा है कि गरदौरी कराई गई है, मैं नाल दी नाल जवाब देवां कि पिछले साल के पैसे पूरे दे दिते कि उहदे अंकड़े लए हैं, दूजा मसला आउंदा है जिहड़ा इन्होंने एस एम लवाते कंबाइनां पंजाब सरकार ने लवाई है, एस एम वाली मशीन इंडिया के मंजूर ही नहीं हैगी, मैं दसिया जाए एक बुधरी शहर है महाराष्ट्र का कंबाइना उत्थे पास होनी है, किन्नियां कंबाइना लगे उस उपर एसएमएस गल कर, इन्होंने धक्के दे नाल कंबाइना दे चलान करके लोगों नूं मजबूर कर दिता कि एस एम लवाओ, क्यों लवाए मशीना आलिया नूं कुछ तां दित्ती सबसिडी जिहड़ी कि सरकार दे अफसर खा गए, 12-67 हज़ार का लगता जे सबसिडी ना लईए, जे सबसिडी लईए तां 1,10,000 का लगता, वो बंड के खा ली जाती है,
ਤੇ ਬਾਕੀ ਜਿਹਨਾਂ ਨੇ ਨਹੀਂ ਲਵਾਏ ਸੀ ਉਹਨਾਂ ਨੂੰ ਚਲਾਉਣ SDM ਸਾਹਿਬ ਨੇ ਤਹਿਸੀਲਦਾਰਾਂ ਨੇ ਜਾ ਕੇ ਕਰਨੇ ਸ਼ੁਰੂ ਕਰ ਦਿੱਤੇ ਕਿ ਲਵਾਓ ਨਹੀਂ ਚੱਲਣ ਨਹੀਂ ਦੇਣੀ। ਕੰਬਾਈਨ ਇੱਕ ਵਪਾਰਕ ਅਦਾਰਾ ਹੈ, ਉਹਨਾਂ ਨੇ ਪੈਸੇ ਕਮਾਉਣੇ ਆ, ਉਹਨਾਂ ਨੇ ਆਪਣਾ ਰੇਟ ਆ ਜਿਹੜਾ 1000 ਤੋਂ 1800 2000 ਕਰ ਦਿੱਤਾ, ਉਹਨਾਂ ਕੰਬਾਈਨਾਂ ਨੂੰ ਲਵਾ ਗਏ ਤੇ ਉੱਥੇ ਨੁਕਸਾਨ ਕਿਹਦਾ ਹੁੰਦਾ, ਨੁਕਸਾਨ ਕਿਸਾਨ ਦਾ ਹੁੰਦਾ। ਠੀਕ ਹੈ ਡਾਕਟਰ ਜਗਵੰਤ ਸਿੰਘ, ਇੱਕ ਸਵਾਲ ਜਿਹੜਾ ਕੰਬਾਈਨ ਵਾਲਾ ਆਇਆ, ਕੰਬਾਈਨ ਦੇ ਵਿੱਚ ਤਕਨੀਕੀ ਤੌਰ 'ਤੇ ਸੋਧ ਕੀਤੀ ਜਾਵੇ, ਕੁਛ ਮਸਲੇ ਹੱਲ ਨਿਕਲ ਸਕਦਾ? ਦੇਖੋ ਐਗਰੀਕਲਚਰ ਇਕੁਇਪਮੈਂਟ ਇੰਪਰੂਵਮੈਂਟ ਤਾਂ ਹੁੰਦੀਆਂ, ਪਰ ਹਜੇ ਤੱਕ ਮੈਨੂੰ ਲੱਗਦਾ ਕਿ ਜਿਹੜੇ ਦੂਸਰੇ ਇਕੁਇਪਮੈਂਟ ਉਹੀ ਇਸਤੇਮਾਲ ਹੋ ਰਹੇ ਆ, ਹੌਲੀ ਹੌਲੀ ਹੋ ਸਕਦਾ ਉਹਦੇ ਵਿੱਚ ਉਹਦਾ ਵੀ ਹੱਲ ਨਿਕਲਿਆ ਆਵੇ, ਪਰ ਮੈਨੂੰ ਲੱਗਦਾ ਕਿ ਜਿਹੜੀਆਂ ਕੰਬਾਈਨਾਂ ਹੁਣ ਚੱਲਦੀਆਂ ਵੀ ਤਕਰੀਬਨ 1 ਫੁੱਟ ਦਾ ਪੌਦਾ ਰਹਿ ਜਾਂਦਾ ਮੇਰਾ ਕਟਾਈ ਦੇ ਵੇਲੇ, ਜਿੱਥੇ ਤੱਕ ਸਾਨੂੰ ਜਾਣਕਾਰੀ ਹੈ। ਕੋਸ਼ਿਕ ਮੈਂ ਕਿਸੇ ਮੌਕੇ ਕਿਹਾ ਕਿ ਬਈ ਬਾਹਰਲੇ ਮੁਲਕਾਂ ਦੇ ਵਿੱਚ ਯੂਟਿਊਬ 'ਤੇ ਦੇਖ ਰਿਹਾ ਸੀਗਾ ਕਿ ਐਗਰੀਕਲਚਰ ਇਕੁਇਪਮੈਂਟ ਇਸ ਤਰੀਕੇ ਦੇ ਹੈਗੇ ਆ ਜਿਹੜੇ ਬਿਹਤਰ ਡਿਸਪੋਜ਼ਲ ਕਰਦੇ ਆ, ਪਰ ਮੈਨੂੰ ਲੱਗਦਾ ਕਿ ਉਹਨਾਂ ਮੁਲਕਾਂ 'ਚ ਵੀ ਬੜੇ ਕੀਮਤੀ ਹੋਣਗੇ, ਜੇ ਸਾਨੂੰ ਇੱਥੇ ਥੋੜ੍ਹੇ ਪੈਸੇ ਖਰਚਣ 'ਤੇ ਪ੍ਰੋਬਲਮ ਹੋ ਰਹੀ ਹੈ ਤਾਂ ਉੱਦਾਂ ਸ਼ਾਇਦ ਅਸੀਂ ਅਫੋਰਡ ਨਹੀਂ ਕਰ ਸਕਦੇ। ਥੇੜੀ ਸਾਹਿਬ ਕਿੰਨਾ ਕੁ ਰਹਿ ਜਾਂਦਾ? ਜੇ ਝੋਨਾ ਨਾ ਡਿੱਗਿਆ ਹੋਵੇ ਤਾਂ 1.5 ਫੁੱਟ ਰਹਿੰਦਾ, 1.5 ਫੁੱਟ ਰਹਿੰਦਾ। ਡਿੱਗਿਆ ਹੋਵੇ, ਜੇ ਝੋਨਾ ਡਿੱਗਿਆ ਹੋਵੇ ਤਾਂ ਮਸ਼ੀਨ ਥੱਲੇ ਕਰਨੀ ਪੈਂਦੀ ਹੈ, 1 ਫੁੱਟ ਅੱਧਾ ਫੁੱਟ ਵੀ ਰਹਿੰਦਾ ਅਤੇ ਜਿਹੜਾ ਉਹਦੇ ਵਿੱਚੋਂ ਰੁੱਗ। ਅਸੀਂ ਤਾਂ ਇਹਨਾਂ ਨੂੰ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਜੋ ਪਰਾਲੀ ਪਿੱਛੇ ਮਸ਼ੀਨ ਸੁੱਟਦੀ ਹੈ ਕੱਟਰ ਵਾਰ ਨਾ ਮਾਰਨ ਦਿਉ, ਉਹਨਾਂ ਨੂੰ ਅੱਗ ਲਾਉਣ ਦੀ ਇਜਾਜ਼ਤ ਦੇ ਦਿਉ। ਜੇ ਉਹਨੂੰ ਅੱਗ ਲਾ ਦਿੱਤੀ ਜਾਵੇ ਖੜ੍ਹੀ ਪਰਾਲੀ, ਤੀਜੇ ਚੌਥੇ ਦਿਨ ਉਹਨੂੰ ਹੈਰੋਂ ਵੱਢਦੀ ਹੈ ਹਰੀ ਨੂੰ, ਉਹ ਵਿੱਚ ਬਾਹੀ ਜਾ ਸਕਦੀ ਹੈ, ਸੌਖੀ ਰਲਾਈ ਜਾ ਸਕਦੀ ਹੈ। ਤੁਸੀਂ ਅੱਗ ਲਾਉਣ ਦੀ ਪਰਮਿਸ਼ਨ ਦੀ ਬਜਾਏ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਸਾਨੂੰ ਸਾਡੀ ਪਰਾਲੀ ਉੱਥੇ ਚੱਕੋ? ਅਸੀਂ ਕਰ ਰਹੇ ਹਾਂ ਉਹ, ਇਹ ਪਰਮਿਸ਼ਨ ਨਹੀਂ ਦਿੰਦੇ ਅਸੀਂ, ਕਿਸਾਨ ਤਾਂ ਕਰ ਰਿਹਾ ਕਿਸਾਨ। ਕੰਬਾਈਨ ਦੇ ਵਿੱਚ ਸੋਧ ਕਰਨ ਦੇ ਨਾਲ, ਕੰਬਾਈਨ ਦੇ ਵਿੱਚ ਕੋਈ ਤਕਨੀਕੀ ਜਿਹੜੀ ਸੋਧ ਕਰਨ ਦੇ ਨਾਲ ਕੋਈ ਹੱਲ ਹੋ ਸਕਦਾ ਕਿ ਨਹੀਂ? ਕੋਈ ਕਰੀ ਨਹੀਂ ਜੀ। ਜਿਸ ਦਿਨ ਸਵਰਾਜ ਕੰਬਾਈਨ ਸਨ 81 ਜਾਂ 82 ਮੇਰੇ ਸਨ ਯਾਦ ਨਹੀਂ ਕਦ ਆਈ, ਉਹਦਾ ਟ੍ਰਾਇਲ ਹੋਇਆ ਸੀ ਚੱਪੜਚਿੜੀ ਦੇ ਵਿੱਚ, ਅਸੀਂ ਆਪ ਦੇਖਣ ਆਏ ਸੀ। ਉਹ ਗੱਠਾਂ ਵੱਢ ਕੇ ਪਿੱਛੇ ਪਰਾਲੀ ਦੀਆਂ ਸੁੱਟ ਰਹੀ ਸੀ ਉਸ ਦਿਨ ਜਦ ਟ੍ਰਾਇਲ ਹੋਇਆ। ਮੈਂ ਪੁੱਛਣਾ ਚਾਹੁੰਦਾ ਬਾਅਦ ਵਿੱਚ ਕਿਹੜੀਆਂ ਸਰਕਾਰਾਂ, ਕਿਹੜੇ ਇੰਜੀਨੀਅਰ ਆ ਜਿਹਨਾਂ ਨੇ ਗੱਠਾਂ ਵੱਢਣੀਆਂ ਬੰਦ ਕਰਕੇ ਮਸ਼ੀਨ ਪਾਸ ਕਰੀ? ਇਹ ਵੀ ਬਹੁਤ ਵੱਡਾ ਸਵਾਲ ਆ। ਬ੍ਰੇਕ ਤੋਂ ਵਾਪਸ ਆਵਾਂਗੇ, ਕੰਬਾਈਨ ਦੇ ਨਾਲ ਕੁਝ ਹੋਰ ਹੀ ਵੱਢਿਆ ਜਾ ਰਿਹਾ, ਸਵਾਲ ਬਹੁਤ ਮਹੱਤਵਪੂਰਨ ਆ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹ ਪੁੱਛਾਂਗੇ ਜ਼ਰੂਰ, ਕਿਉਂਕਿ ਸਵਾਲ ਇਹ ਹੈਗਾ ਪਰਾਲੀ 'ਤੇ ਅਸਲ ਪੁਆੜਾ ਕੀ ਹੈ। ਪਰਾਲੀ ਦਾ ਮਸਲਾ ਹੱਲ ਨਾ ਕਰਨ ਪਿੱਛੇ ਇਕੱਲੀ ਸਰਕਾਰਾਂ ਦੀ ਗੈਰ ਸੰਜੀਦਗੀ ਹੀ ਜ਼ਿੰਮੇਵਾਰ ਹੈ। ਡਾਕਟਰ ਸੰਧੂ ਕੀ ਕਹਿਣਾ ਚਾਹ ਰਹੇ ਹੋ, ਇੱਕ ਸਵਾਲ ਦਾ ਜਵਾਬ ਦੇ ਦਿਓ। ਥੇੜੀ ਸਾਹਿਬ ਨੇ ਇੱਕ ਸਵਾਲ ਕੀਤਾ ਜੀ ਕਿ ਕੰਬਾਈਨ ਹੈ ਜਿਹੜੀ ਪਹਿਲਾਂ ਗੱਠਾਂ ਪਿੱਛੇ ਸੁੱਟ ਦਿੰਦੀ ਹੁੰਦੀ ਸੀਗੀ, ਅਤੇ ਉਹ ਕਿੱਥੇ ਚਲੇ ਗਈ ਕੰਬਾਈਨ? ਉਹ ਵਾਲੀ ਉਹ ਉੱਥੇ ਹੀ ਰਹਿ ਗਈ ਜੀ ਜਿਹੜੀ ਇਹਨਾਂ ਨੂੰ ਸੈਂਪਲ ਦਿਖਾਇਆ ਸੀਗਾ। ਹਾਂ, ਉਹ ਹਾਥੀ ਕਿਦਾਂ ਖਾਣੇ ਕਿਉਰ ਦਿਖਾਣੇ ਕਿਉਰ। ਮੈਂ ਆਈ ਡੋਂਟ ਅਗਰੀ ਵਿਦ ਐਨੀ, ਜਿਹੜਾ ਚੀਜ਼ ਵਿਖਾ ਕੇ ਉਹਦੀ ਥਾਂ 'ਤੇ ਚੀਜ਼ ਦੂਜੀ ਦੇ ਕੇ ਅਗਲੇ ਨੂੰ ਕਹਿਣਾ ਯਾਰ ਵੀ ਇਹ ਬਹੁਤ ਜ਼ਿਆਦਾ ਖਰਚਾ, ਤੇਰੇ ਤੋਂ ਖਰੀਦ ਨਹੀਂ ਹੋਣੀ। ਹੁਣ 20-20 ਲੱਖ ਦੀ, 21 ਲੱਖ ਦੀ ਕੰਬਾਈਨ ਹੋਈ ਪਈ ਹੈ, ਉਦੋਂ 3.5-4 ਲੱਖ ਦੀ, 5 ਲੱਖ ਦੀ ਕੰਬਾਈਨ ਹੁੰਦੀ ਸੀਗੀ। ਠੀਕ ਹੈ, ਮੈਂ ਉਹ ਬਿਲਕੁਲ ਠੀਕ ਕਹਿੰਦੇ ਆ, ਉਹ ਬੇਲਿੰਗ ਦਾ ਜਿਹੜਾ ਸਿਸਟਮ ਹੈ ਨਾ, ਉਹਦੇ 'ਚ ਪ੍ਰੋਬਲਮ ਕੀ ਆਈ ਸੀ ਕਿ ਇਹ ਪਰਾਲੀ ਜਿਹੜੀ ਆ ਉਹ ਬੇਲ ਬਣਾ ਬਣਾ ਕੇ ਤਾਂ ਸਿੱਟੀ ਜਾਊਗੀ। ਠੀਕ ਹੈ, ਲੇਕਿਨ ਉਹਦੇ ਵਿੱਚ ਉਦੋਂ ਕੰਬਾਈਨਾਂ ਥੋੜ੍ਹੀਆਂ ਸੀਗੀਆਂ ਔਰ ਉਹਦੇ ਵਿੱਚ ਟਾਈਮ ਕੰਜ਼ਮਪਸ਼ਨ ਇੰਨੀ ਹੁੰਦੀ ਸੀ ਵੀ ਝੋਨੇ ਦਾ, ਮੈਂ ਆਪ ਖੁਦ ਕੰਬਾਈਨ 'ਤੇ ਸੀਜ਼ਨ ਲਾਉਂਦਾ ਰਿਹਾ, ਉਹ ਚੱਲਦਾ ਸੀ ਸਤੰਬਰ ਦੇ ਐਂਡ ਤੋਂ ਲੈ ਕੇ ਅਤੇ ਨਵੰਬਰ ਦੇ ਅਖੀਰ ਤੱਕ ਚੱਲੀ ਜਾਂਦਾ ਸੀ। ਉਹ ਟਾਈਮ ਪੀਰੀਅਡ ਬਹੁਤ ਹੋ ਜਾਂਦਾ ਸੀ ਅਤੇ ਜੱਟਾਂ ਦੀ ਫਿਰ ਪਛੇਤੀ ਹੁੰਦੀ ਸੀ ਕਣਕ, ਇਸੇ ਕਰਕੇ ਮਈ 'ਚ ਝੋਨਾ ਬੀਜਣਾ ਪੈਂਦਾ ਸੀਗਾ ਵੀ 2 ਮਹੀਨੇ ਲੱਗਣੇ ਆ। ਹੁਣ ਉਹ ਸਮਾਂ ਘੱਟ ਗਿਆ, ਬੇਲਿੰਗ ਹੋ ਸਕਦੀ ਹੈ, ਲੇਕਿਨ ਉਹ ਬੇਲਰਸ ਅੱਡ ਹੁੰਦੇ ਆ, ਉਹ ਉਹਦੇ ਮਗਰ ਮਗਰ ਫਿਰ ਸਕਦੇ ਆ ਔਰ ਬੇਲਿੰਗ ਕਰਕੇ ਸਿੱਟ ਸਕਦੇ ਆ। ਮੈਂ ਨਹੀਂ ਕਹਿੰਦਾ ਸਲਿਊਸ਼ਨ ਹੈ, ਉਹਦਾ 'ਤੇ ਵੀ ਖਰਚਾ। ਮੈਂ ਇੱਕ ਗੱਲ ਦਾ ਜਵਾਬ ਚਾਹੁੰਦਾ, ਗੁੱਸਾ ਨਾ ਕਰਿਓ ਮਿੱਤਲ ਸਾਹਿਬ, ਇਹ ਜੁੜਦਾ ਨਹੀਂ ਸਵਾਲ, ਲੇਕਿਨ ਜੋੜਿਆ ਜਾ ਸਕਦਾ ਕਿ ਜੇ 500 ਕੁਛ ਕਰੋੜ ਰੁਪਈਏ ਦਾ ਰਾਫੇਲ ਜਹਾਜ਼ ਦੀ ਥਾਂ 'ਤੇ 1500 ਕਰੋੜ ਦਾ ਇੱਕ ਖਰੀਦਿਆ ਜਾ ਸਕਦਾ ਹੈ, ਅਤੇ ਕਿਸਾਨਾਂ ਨੂੰ ਤੁਸੀਂ ਹੈਪੀ ਅਤੇ ਆਸੀਡਰ ਅਤੇ ਰੋਟੋਵੇਟਰ ਲੈ ਕੇ ਸੈਂਟਰਲ ਗਵਰਨਮੈਂਟ ਕਿਉਂ ਨਹੀਂ ਦੇ ਸਕਦੀ? ਸਾਡੇ ਤਾਂ ਸਟੇਟ ਵੀ ਦੇਊਗੀ ਜਦੋਂ ਪੈਸੇ ਹੋਣਗੇ। ਤੁਹਾਡੇ ਕੋਲ ਤਾਂ ਪੈਸੇ ਆ, ਤੁਸੀਂ 130-135 ਜਹਾਜ਼ਾਂ ਤੋਂ ਛੱਤੀਆਂ 'ਤੇ ਲਿਆ ਤਾ, ਅਤੇ ਬਕਾਇਆ ਪੈਸਾ ਦੇ ਦਿਓ ਕਿਸਾਨਾਂ ਨੂੰ, ਗਰੀਬ ਰੁਲਦੇ ਆ, ਨਾਲੇ ਤੁਹਾਡੇ ਕੋਲ ਜਾਣਾ, ਸਾਡੇ ਕੋਲ ਆ ਜਾਣਗੇ, ਤੁਸੀਂ ਵੀ ਖੁਸ਼, ਅਸੀਂ ਵੀ ਖੁਸ਼। ਤੁਹਾਡੇ ਕੋਲ ਕਿਆ ਸੋਰਸ ਆਫ ਇਨਫੋਰਮੇਸ਼ਨ ਹੈ ਕਿ ਪਹਿਲਾਂ ਕੀਮਤ ਕਿਆ ਸੀ ਅਤੇ ਅੱਜ ਕੀ ਹੈ? ਕਿਉਂਕਿ ਤੁਹਾਡਾ ਪ੍ਰਧਾਨ ਜੇ ਤੁਹਾਡੀਆਂ ਪਾਰਟੀਆਂ, ਜੇ ਤੁਹਾਡੀ ਸਿਆਸਤ ਇਸ ਦੇਸ਼ ਦੇ ਵਿੱਚ ਘੁਟਾਲੇ ਨਾ ਕਰਦੀਆਂ ਤੇ ਕਿਸਾਨ ਦੀ ਅੱਜ ਇਹ ਹਾਲਤ ਨਾ ਹੁੰਦੀ। ਮੈਂ ਕਹਿ ਰਿਹਾ ਤੁਹਾਨੂੰ, ਮੈਂ ਸਹਿਮਤ ਬਿਲਕੁਲ ਨਹੀਂ। ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਅਗਵਾਈ ਦੀ NDA ਦੀ ਸਰਕਾਰ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਕਰਪਸ਼ਨ ਦਾ ਐਲੀਗੇਸ਼ਨ ਨਹੀਂ। ਹਾਂ, ਕਾਂਗਰਸ ਦੀ, ਉਹ ਤੁਸੀਂ ਛੱਡੋ ਕੰਮ ਕੀਤਾ ਕਿ ਨਹੀਂ, ਲੋਕਾਂ ਨੂੰ ਪਤਾ, ਤੁਹਾਨੂੰ ਨਹੀਂ ਨਜ਼ਰ ਆਉਣਾ ਕੰਮ ਕੀਤਾ ਵਾ।
ਕਾਂਗਰਸ ਦੀ ਸਰਕਾਰ ਘਟਾਲਿਆਂ ਦੀ ਸਰਕਾਰ ਰਹੀ ਹੈ ਔਰ ਰੱਜ ਕੇ ਘਟਾਲੇ ਰਹੇ ਮੁੱਦੇ ਦੀ ਗੱਲ ਕਹੀ ਹੈ ਨੀਰਵ ਮੋਦੀ ਦਾ ਵੀ ਸਾਹਮਣੇ ਆ ਜਾਣਾ ਔਰ ਜੋ ਕੁਛ ਕਾਰਵਾਈ ਹੋ ਰਹੀ ਹੈ ਪਰਾਲੀ ਦੇ ਮੈਂ ਇਸੇ ਕਰਤਾਰੀ ਪਰਾਲੀ ਦੇ ਮੁੱਦੇ ਪਰ ਮੈਂ ਵੀ ਕਹਿ ਰਿਹਾ ਮੁੱਦੇ ਦੀ ਗੱਲ ਤੇ ਆਈਏ ਮੁੱਦੇ ਦੀ ਗੱਲ ਤੇ ਆਈਏ ਇਹ ਡਾਕਟਰ ਸਾਹਿਬ ਬਾਰ ਬਾਰ ਕਹੀ ਜਾਂਦੇ ਆ ਕਿ ਪੰਜਾਬ ਸਰਕਾਰ ਕੀ ਕਰੇ ਖਜ਼ਾਨਾ ਖਾਲੀ ਹੈ ਅਸੀਂ ਕਿੱਥੋਂ ਦੇ ਦਈਏ ਖਜ਼ਾਨਾ ਇੱਕ ਵਾਰੀ ਖਾਲੀ ਹੁੰਦਾ 31 ਮਾਰਚ ਜਦੋਂ ਆਉਂਦਾ ਸਾਲ ਦਾ ਉਦੋਂ ਖਜ਼ਾਨਾ ਖਾਲੀ ਹੁੰਦਾ ਔਰ ਪਿਛਲੇ ਸਾਲ ਦੀ ਰੈਵਨਿਊ ਰਸੀਟ ਨਾਲ ਅਗਲੇ ਸਾਲ ਫਿਰ ਖਜ਼ਾਨਾ ਭਰਿਆ ਹੁੰਦਾ ਇਹ ਹਰ ਸਾਲ ਤੁਹਾਡਾ ਬਹਾਨਾ ਨਹੀਂ ਚੱਲਣਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਨਹੀਂ ਹੈ ਖਜ਼ਾਨਾ ਭਰਿਆ ਵਾ ਪਰ ਪੰਜਾਬ ਦੀ ਸਰਕਾਰ ਸਿਰਫ ਔਰ ਸਿਰਫ ਲੋਕਾਂ ਕੋਲੋਂ ਇਕੱਠਾ ਕਰਨ ਤੇ ਲੱਗੀ ਵੀ ਹੈ ਚਾਹੇ ਉਹ ਕਿਸੇ ਰੂਪ ਦਾ ਟੈਕਸ ਹੋਵੇ ਚਾਹੇ ਉਹ 2500 ਰੁਪਏ ਦਾ ਟੈਕਸ ਹੋਵੇ ਚਾਹੇ ਸਟੈਂਪ ਡਿਊਟੀ ਦਾ ਟੈਕਸ ਹੋਵੇ ਚਾਹੇ ਬਿਜਲੀ ਦੇ ਰੇਟ ਹੋਣ ਇੱਕ ਮਿੰਟਾਂ ਦਾ ਗੱਲ ਤੇ ਇਹ ਪੈਸੇ ਇਕੱਠੇ ਕਰ ਰਹੇ ਜਦੋਂ ਪਰਾਲੀ ਦਾ ਮੁੱਦਾ ਆਉਂਦਾ ਜਾਂ ਕਿਸੇ ਵੀ ਹੋਰ ਕਿਸਮ ਦਾ ਮੁੱਦਾ ਆਉਂਦਾ ਜਦੋਂ ਲੋਕਾਂ ਨੂੰ ਦੇਣ ਦੀ ਵਾਰੀ ਆਉਂਦੀ ਹੈ ਤਾਂ ਚਿੱਠੀਆਂ ਲਿਖ ਕੇ ਕੇਂਦਰ ਸਰਕਾਰ ਕੋਲ ਠੀਕ ਹੈ ਡਾਕਟਰ ਜਗਵੰਤ ਸਿੰਘ ਇਹ ਇਕਨੋਮਿਕਸ ਦਾ ਸਵਾਲ ਆਇਆ ਪੰਜਾਬ ਸਰਕਾਰ ਕੋਲ ਖਜ਼ਾਨਾ ਹੈ ਨਹੀਂ ਇਹ ਵਾਰ ਵਾਰ ਗੱਲ ਕਹਿ ਰਹੀ ਹੈ ਜਿਹੜਾ ਮਿੱਤਲ ਸਾਹਿਬ ਨੇ ਸਵਾਲ ਚੁੱਕਿਆ ਕਿ ਲੋਕਾਂ ਤੋਂ ਟੈਕਸ ਉਗਰਾਹੀ ਤਾਂ ਹੋ ਰਹੀ ਹੈ ਪਰ ਜੋ ਦੇਣ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਸਾਡੇ ਕੋਲ ਹੈ ਕੁਛ ਇਹਦਾ ਕੋਈ ਹੱਲ ਹੈ ਜੇ ਇਸ ਦਾ ਹੱਲ ਦੋਨੇ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਗੱਲ ਕਰਦੀਆਂ ਇੱਕ ਇੱਕ ਪੱਖ ਦੋਨਾਂ ਦਾ ਸਹੀ ਹੈ ਜਿਹੜੇ ਇਸ ਮੌਕੇ ਜਦੋਂ GST ਇੰਪਲੀਮੈਂਟ ਕੀਤਾ ਉਸ ਮੌਕੇ ਪੰਜਾਬ ਦੇ ਕੁਛ ਜਿਹੜੇ ਖਰਚੇ ਜਿਹੜੇ ਸੀਗੇ ਜਿਹੜੇ ਰੈਵਨਿਊ ਸੋਰਸ ਸੀਗੇ ਜੇ ਉਸ ਵਿੱਚ ਮਰਜ ਕਰ ਦਿੱਤੇ ਗਏ ਜਿਹਦੀ ਕੋਈ ਕੰਪਨਸੇਸ਼ਨ ਨਹੀਂ ਖਾਸ ਕਰਕੇ ਜਿਹੜੀ ਪੈਡੀ ਅਤੇ ਆਪਣੇ ਵੀਟ ਦੀ ਪ੍ਰੋਕਿਓਰਮੈਂਟ ਵੇਲੇ ਮੰਡੀਆਂ 'ਚ ਜੋ ਉਹਨਾਂ 4000 ਦੇ ਕਰੀਬ 4000 ਕਰੋੜ ਦੇ ਕਰੀਬ ਰੈਵਨਿਊ ਹੁੰਦਾ ਸੀਗਾ ਉਹ GST ਮਰਜ ਤਾਂ ਕਰਤਾ ਪਰ ਉਹਦੀ ਕੰਪਨਸੇਸ਼ਨ ਨੂੰ ਕੁਛ ਨਹੀਂ ਮਿਲੀ ਉਹ ਇੱਕ ਉਸ ਮੌਕੇ ਅਕਾਲੀ ਦਲ ਦੇ ਜਿਹੜੇ ਫਾਈਨਾਂਸ ਮਿਨਿਸਟਰ ਆ ਉਹਨੇ ਕਿਉਂ ਇਹ ਗੱਲ ਮੰਨੀ ਢਿੰਡਸਾ ਸਾਹਿਬ ਨੇ ਪਤਾ ਨਹੀਂ ਪਰ ਉਹ 4000 ਕਰੋੜ ਦਾ ਨੁਕਸਾਨ ਹੋ ਗਿਆ ਇੱਕ ਅਕਾਲੀ ਦਲ ਅਤੇ BJP ਗੌਰਮੈਂਟ ਅਖੀਰਲੇ ਮਹੀਨੇ 'ਚ ਜੋ 49 ਤੋਂ 50 ਹਜ਼ਾਰ ਕਰੋੜ ਦਾ ਅਡੀਸ਼ਨਲ ਖਰਚਾ ਜਿਹਦੇ ਵਿੱਚ ਫੂਡ ਕਾਰਪੋਰੇਸ਼ਨ ਦੇ ਲੋਨ ਵਗੈਰਾ ਐਡਜਸਟ ਕੀਤੇ ਉਹਦੇ ਵਿੱਚ ਤਕਰੀਬਨ 3-3.5 ਹਜ਼ਾਰ ਦਾ ਖਰਚਾ ਹੋਰ ਪੈ ਗਿਆ ਇਸ ਸਭ ਦੇ ਬਾਵਜੂਦ ਕਾਂਗਰਸ ਖੁਦ ਵੀ ਇਸ ਨੂੰ ਵੈਲਕਮ ਕਰਦੀ ਰਹੀ ਔਰ ਕੈਪਟਨ ਸਾਹਿਬ ਨੇ ਵੀ ਕੀਤਾ ਮਨਪ੍ਰੀਤ ਬਾਦਲ ਨੇ ਵੀ ਕੀਤਾ ਕਿ GST ਸਾਨੂੰ ਬੜਾ ਫਾਇਦਾ ਹੋ ਰਿਹਾ ਹੁਣ ਉਹ ਕਹਿ ਰਹੇ ਨਹੀਂ ਹੋ ਰਿਹਾ ਪਰ ਇੱਕ ਗੱਲ ਪੱਕੀ ਹੈ ਬਜਟ ਹਰ ਸਾਲ ਦਾ ਬਣਦਾ ਇਸ ਮੌਕੇ ਪੰਜਾਬ ਗੌਰਮੈਂਟ ਨੂੰ ਜੇ GST ਘੱਟ ਮਿਲ ਰਿਹਾ ਤਾਂ ਉਹਦੀ ਕੰਪਨਸੇਸ਼ਨ ਪੂਰੀ ਗੌਰਮੈਂਟ ਤੋਂ ਸੈਂਟਰ ਗੌਰਮੈਂਟ ਤੋਂ ਮਿਲ ਰਹੀ ਹੈ ਜੇ ਇਸ ਮੌਕੇ ਨਹੀਂ ਕਰ ਸਕਣਗੇ ਤਾਂ 2022 ਤੋਂ ਬਾਅਦ ਕੋਈ ਵੀ ਸਰਕਾਰ ਨਹੀਂ ਕਰ ਪਾਏਗੀ ਹਰ ਸਾਲ ਮੈਂ ਇਹਨਾਂ ਦੋਵਾਂ ਨੂੰ ਇੰਨਾ ਦੱਸਦਿਆਂ ਵੀ ਬਜਟ ਜਿਹੜਾ ਹੁੰਦਾ ਹੈ ਜੇ ਬਜਟ ਉਹਦੇ ਵਿੱਚ ਸਫੀਸ਼ੀਐਂਟ ਸੋਰਸਿਸ ਆਫ ਇਨਕਮ ਥਰੂ ਟੈਕਸੇਸ਼ਨ ਸਾਡੇ ਕੋਲ ਕੈਲਕੂਲੇਟ ਕੀਤੇ ਜਾਂਦੇ ਆ ਇਟ ਇਜ਼ ਨੋਟ ਓਵਰਨਾਈਟ ਐਕਸਰਸਾਈਜ਼ ਉਹ ਸਾਰੇ ਸਾਲ ਦੀ ਆਮਦ ਜਿਹੜੀ ਹੁੰਦੀ ਉਹ ਗਿਣੀ ਜਾਂਦੀ ਹੈ ਪ੍ਰੀਵੀਅਸ ਸਾਲ ਦੀ ਆਮਦ ਗਿਣੀ ਜਾਂਦੀ ਹੈ ਪ੍ਰੀਵੀਅਸ ਸਾਲ ਦਾ ਡਿਫਿਸਿਟ ਜਿਹੜਾ ਸੀਗਾ ਜਿਹੜੇ ਸਾਡੇ ਕੋਲ ਪੈਸੇ ਨਹੀਂ ਆਏ ਨਹੀਂ ਦਿੱਤੇ ਗਏ ਉਹ ਵਿੱਚ ਉਹਦੇ ਐਡ ਹੁੰਦੇ ਆ ਡਿਫਿਸਿਟ ਬਣਦਾ ਬਕਾਇਦਾ ਉਹਦੀ ਬਿਕੋਜ਼ ਹੀ ਨੋਜ਼ ਬੈਟਰ ਇਜ਼ ਇਕਨੋਮਿਸਟ ਲੇਕਿਨ ਉਹਦੇ 'ਚ ਇਹ ਆ ਵੀ ਸਾਡਾ ਡਿਫਿਸਿਟ ਬਜਟ ਜਾਂਦਾ ਡਿਫਿਸਿਟ ਮੀਨਸ ਸਾਡੇ ਕੋਲ ਕੁਛ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਦੇਣੀਆਂ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਬਜਟ ਦੇ ਵਿੱਚ ਸੋਰਸ ਆਫ ਇਨਕਮ ਹੈ ਨਹੀਂ ਔਰ ਟੈਕਸੇਸ਼ਨ ਨਹੀਂ ਹੋਈ ਦੂਜੀ ਗੱਲ GST ਦੇ ਉੱਤੇ ਮਨਪ੍ਰੀਤ ਨੇ ਕਿਹਾ ਸੀਗਾ GST ਜੇ ਲਾਗੂ ਹੋਵੇ ਐਜ ਐਨ ਇਕੁਇਟੇਬਲ ਟੈਕਸ ਸਿੰਗਲ ਟੈਕਸ ਔਨ ਐਵਰੀਥਿੰਗ ਤਾਂ ਫਾਇਦਾ ਹੋਊਗਾ ਪੈਟਰੋਲ ਛੱਡਤਾ ਇਹਨਾਂ ਨੇ ਅਡਾਨੀਆਂ ਦੀ ਜੇਬਾਂ ਭਰਦੀਆਂ ਸੀ ਇਹਨਾਂ ਨੇ ਮਤਲਬ ਜਿਹੜੀ ਚੋਇਸ ਚੀਜ਼ ਸੀ ਕਈਆਂ ਇਹੋ ਜਿਹੀਆਂ ਚੀਜ਼ਾਂ 28% ਟੈਕਸ ਹੈ ਜਿਹੜਾ ਬੰਦਾ ਹੈਰਾਨ ਹੁੰਦਾ ਵੀ ਕਮਾਲ ਹੈ ਯਾਰ ਬੰਦਾ ਰੋਟੀ ਖਾਵੇ ਕੁੱਲ ਮਿਲਾ ਕੇ ਡਾਕਟਰ ਸੰਧੂ ਇੱਕ ਮਿੰਟ ਡਾਕਟਰ ਸੰਧੂ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਕੇਂਦਰ ਸਰਕਾਰ ਤੁਹਾਨੂੰ 100 ਰੁਪਇਆ ਫੀ ਕੁਇੰਟਲ ਫੀ ਏਕੜ ਨਹੀਂ ਦਿੰਦੀਗੀ ਮੁਆਵਜ਼ਾ ਨਹੀਂ ਦਿੰਦੀਗੀ ਕਿਸਾਨਾਂ ਨੂੰ ਤੁਹਾਡੇ ਹੱਥ ਖੜੇ ਐਵੇਂ ਖੜੇ ਆ ਵੀ ਵਿਲ ਕਮ ਬੈਕ ਵੀ ਵਿਲ ਰੀਅਸੈਸ ਦ ਸਿਚੁਏਸ਼ਨ ਐਂਡ ਵਟ ਐਵਰ ਵੀ ਕੈਨ ਡੂ ਅਸੀਂ ਤਾਂ ਕਰਨਾ ਹੀ ਕਰਨਾ ਕਿਸਾਨਾਂ ਦਾ ਅਸੀਂ ਆਪ ਕਿਸਾਨ ਹਾਂ ਜੀ ਸਾਹਿਬ ਥੇੜੀ ਸਾਹਿਬ ਸਾਡਾ ਸੈਲਫਿਸ਼ ਇੰਟਰਸਟ ਕਹੋ ਕੋਈ ਉਮੀਦ ਨਜ਼ਰ ਆਉਂਦੀ ਮੈਨੂੰ ਤਾਂ ਨਹੀਂ ਆ ਰਹੀ ਕੋਈ ਉਮੀਦ ਨਹੀਂ ਸਾਨੂੰ ਕੋਈ ਉਮੀਦ ਨਹੀਂ ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਰਹਾਂਗੇ ਜਾਂ ਸਾਨੂੰ ਕੁਝ ਦਿਓ ਜਦ ਮਿਲਣ ਦੀ ਆਸ ਕੋਈ ਨਹੀਂ ਜਦੋਂ ਜਿੰਨਾ ਚਿਰ ਨੂੰ ਕਦੇ ਕੇਂਦਰ ਕੋਲ ਚਲੇ ਗਏ ਕਦੇ ਪੰਜਾਬ ਕੋਲ ਚਲੇ ਗਏ ਇਹਨਾਂ ਨੂੰ ਤਾਂ ਝੋਨੇ ਦਾ ਕੰਮ ਹੀ ਮੁੱਕ ਲੈਣਾ ਹੈ ਤੇ ਝੋਨੇ ਦਾ ਜਿਹੜਾ ਸਾਡੇ ਜੁੰਮੇ ਲਾਇਆ ਜਾਂਦਾ ਪ੍ਰਦੂਸ਼ਣ ਹੁੰਦਾ ਉਹ ਅਸੀਂ ਪ੍ਰਦੂਸ਼ਣ ਨਹੀਂ ਕਰਦੇ ਪ੍ਰਦੂਸ਼ਣ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੀ ਗਲਤੀ ਨਾਲ ਹੋ ਰਿਹਾ ਜਦੋਂ ਠੰਡ ਆਉਂਦੀ ਹੈ ਜਦੇ ਹੁੰਦਾ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੱਲ੍ਹ ਨੂੰ ਹਜ਼ਾਰਾਂ ਹੀ ਰਾਵਣ ਦਿੱਲੀ 'ਚ ਫੂਕਿਆ ਜਾਣਾ ਉਹਦੇ ਨਾਲ ਪ੍ਰਦੂਸ਼ਣ ਹੀ ਹੋਊਗਾ ਫਿਰ ਆਈ ਮੂਹਰੇ ਦਿਵਾਲੀ ਤੋਂ 3 ਦਿਨ ਪਹਿਲਾਂ ਪ੍ਰਦੂਸ਼ਣ ਸ਼ੁਰੂ ਹੋ ਜਾਣਾ ਔਰ ਦਿਵਾਲੀ ਵਾਲੇ ਦਿਨ ਜਿੰਨਾ ਵੱਧ ਤੋਂ ਵੱਧ ਅੰਕੜਾ ਉੱਥੇ ਪਹੁੰਚ ਜਾਊਗਾ
वो की पंजाब के किसान जाके उधर दिवाली वाले दिन उत्थे प्रदूषण वधाउंदे आ। पंजाब नूं सिर्फ बदनाम किया जाता है, यूपी के बिच दिल्ली बैठी है। मैं आप गया सी पिछे उत्तराखंड, यूपी के बिच कोई कणक के नाड़ नूं अग लाउण ते रोक नहीं सी, सरेआम लगी हुई थी, जीटी रोड के उत्ते लगे हुई थी। यूपी नूं क्यों नहीं रोकया जांदा, पंजाब दे अकाल पुरख क्यों दिता जांदा, क्यों रोकया जांदा? उहदे नाल हादसे वी हुंदे आ ना, तुहानूं पता ही आ, जदों धुआं उड़दा उहदे नाल हादसे वी हो रहे हुंदे आ, साडा चगिरदा वी खराब, साडी जमीन वी खराब हो रही। मैं इक होर गल आ जी, असीं अग किसान लाउणी नहीं चाहुंदा, आर्थिक मजबूरी है, ਜਦੋਂ ਅਸੀਂ ਆਪਣੀ ਸੀਖ ਬਾੜ ਕੇ ਅੱਗ ਲਾਉਂਦੇ ਹਾਂ, ਸਭ ਤੋਂ ਪਹਿਲਾਂ ਕਿਸਾਨ ਦੀ ਅੱਗ ਨੂੰ ਅੱਖ ਨੂੰ ਧੂੰਆਂ ਲੱਗਦਾ, ਕਿਸਾਨ ਦੇ ਬੱਚਿਆਂ ਨੂੰ ਧੂੰਆਂ ਲੱਗਦਾ, ਨੇੜੇ ਤਾਂ ਉਹ ਬੈਠੇ ਆ, ਕਿਸਾਨ ਦੇ ਕਾਮਿਆਂ ਨੂੰ ਧੂੰਆਂ ਲੱਗਦਾ, ਪਹਿਲਾਂ ਅੱਖਾਂ ਸਾਡੀਆਂ ਖਰਾਬ ਹੁੰਦੀਆਂ, ਪਰ ਅਸੀਂ ਮਜਬੂਰੀ ਵਸ ਧੂੰਆਂ ਲਾਉਂਦੇ ਹਾਂ ਵੀ ਸਾਨੂੰ ਕੋਈ ਆਰਥਿਕ ਤੌਰ 'ਤੇ ਤੰਗ। ਮੈਨੂੰ ਇਹ ਨਹੀਂ ਸਮਝ ਆਉਂਦੀ ਕੇਪੀ ਜੀ, ਚੰਡੀਗੜ੍ਹ 'ਚ ਪ੍ਰਦੂਸ਼ਣ ਨਹੀਂ ਹੁੰਦਾ ਗਾ, ਅੰਬਾਲੇ 'ਚ ਨਹੀਂ ਹੁੰਦਾ, ਪਾਣੀਪਤ ਨਹੀਂ ਹੁੰਦਾ, ਰੋਹਤਕ ਨਹੀਂ ਹੁੰਦਾ ਗਾ, ਦਿੱਲੀ 'ਚ ਜਾਵੜਦਾ ਸਿੱਧਾ ਧੂੰਆਂ, ਕੋਈ ਉੱਥੇ ਟਨਲ ਬਣਾਵੇ ਪੰਜਾਬ ਦਾ ਧੂੰਆਂ ਨਹੀਂ ਜਾਂਦਾ, ਉੱਥੇ ਹੀ ਟੋਕੇ। ਮੈਂ ਤੁਹਾਡੇ ਨਾਲ ਸਿਰਫ ਤੇ ਸਿਰਫ ਪੰਜਾਬ ਸਟੇਟ ਨਾਲ ਵਿਤਕਰਾ ਕਰਨ ਵਾਸਤੇ, ਸਿੱਖਾਂ ਨਾਲ ਵਿਤਕਰਾ ਕਰਨ ਵਾਸਤੇ, ਇਹ ਕਹਿੰਦੇ ਆ, ਇਹ ਵੀ ਕਹਿੰਦੇ ਆ, ਇਹ ਬੀਜੇਪੀ ਸਰਕਾਰ ਮਨੋਰਟੀ ਮਨੋਰਟੀਜ਼ ਦੀ ਦੁਸ਼ਮਣ ਹੈ, ਔਰ ਕਿਸਾਨ ਦੀ ਦੁਸ਼ਮਣ ਹੈ, ਰਾਜਨੀਤੀ ਨਹੀਂ ਹੋ ਰਹੀ, ਇਹ ਸਿਰਫ ਕਾਂਗਰਸ ਦਾ ਅਸਲੀ ਰੂਪ ਸਾਹਮਣੇ ਆ ਰਿਹਾ, ਜਿਹੜਾ ਕਿ ਅੱਜ ਲੋਕਾਂ ਨੂੰ ਲੜਾਉਣ ਦੀ ਰਾਜਨੀਤੀ ਕਰ ਰਹੀ ਹੈ। ਇਹਨਾਂ ਦਾ ਬੁਰਾ ਹਾਲ ਹੈ, ਔਰ ਇਹ ਕਿਸਾਨ ਨੂੰ ਬਲੇਮ ਕਰਦੇ ਆ, ਕਾਂਗਰਸ ਪਾਰਟੀ ਹਿੰਦੁਸਤਾਨ ਦੇ ਲੋਕਾਂ ਨੂੰ ਆਪਸ ਚ ਲੜਾਉਣ ਤੋਂ ਇਲਾਵਾ ਹੋਰ ਕੁਛ ਨਹੀਂ ਕਰ ਰਹੀ। ਪੰਜਾਬ ਸਰਕਾਰ ਕਿਸਾਨ ਦੀ ਬਹੁਤ ਮਦਦ ਕਰ ਰਹੀ ਹੈ, ਕਿਉਂਕਿ ਹਰ ਰੋਜ਼ ਪਰਚੇ ਦਰਜ ਹੁੰਦੇ ਆ, ਕਿਸਾਨਾਂ ਨੂੰ ਰੋਕਿਆ ਜਾਂਦਾ, ਕਿਸਾਨਾਂ ਦੇ ਫਿਰ ਪੁਲਿਸ ਭੇਜੀ ਜਾਂਦੀ ਹੈ, ਮੈਂ ਇੱਕ ਗੱਲ ਕਵਾਂਗਾ, ਕਿਸੇ ਇੱਕ ਧਿਰ ਦਾ ਨਹੀਂ, ਕੱਲੇ ਕਿਸਾਨਾਂ ਦਾ ਨਹੀਂ, ਜਿਹੜੇ ਗੈਰ ਕਿਸਾਨ ਆ, ਜਿਹੜੇ ਸ਼ਹਿਰਾਂ 'ਚ ਰਹਿੰਦੇ ਆ, ਪਿੰਡਾਂ 'ਚ ਰਹਿੰਦੇ ਆ, ਪੂਰੀ ਪਾਪੂਲੇਸ਼ਨ ਦਾ ਇੱਕ ਮੁੱਦਾ ਹੈ ਇਨਵਾਇਰਮੈਂਟ ਦਾ, ਉਹਦੀ ਕਿਸ ਤਰੀਕੇ ਨਾਲ ਮੈਨੇਜਮੈਂਟ ਕਰਨੀ ਹੈ, ਇਹ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਸ ਦੇ ਉੱਤੇ ਸੰਜੀਦਾ ਹੋ ਕੇ ਇਸ ਵੱਲ ਧਿਆਨ ਦੇਣਾ ਚਾਹੀਦਾ। ਜਗਵੰਤ ਸਿੰਘ, ਕਿਸਾਨ ਜਦੋਂ ਇਹ ਗੱਲ ਕਹਿ ਰਹੇ, ਜਦੋਂ ਅਸੀਂ ਧੂੰਆਂ ਉਡਾਉਂਦੇ ਹਾਂ ਤੇ ਸਾਡੀ ਅੱਖ ਤੇ ਪਹਿਲਾਂ ਪੈਂਦਾ। ਮੈਂ ਗੱਲ ਕਰਾਂ ਕਿ ਜੋ ਇਨਵਾਇਰਮੈਂਟਲਿਸਟ ਦੀ ਇੰਡੀਆ ਦੇ ਬਾਰੇ ਪ੍ਰੋਜੈਕਸ਼ਨ ਆ ਗਈ ਹੈ, ਸਾਡੇ ਏਰੀਏ ਬਾਰੇ ਵੀ ਆ ਗਈ ਆ, 10 ਸਾਲ ਬਾਅਦ ਉਹ ਟੈਂਪਰੇਚਰ 2 ਡਿਗਰੀ ਵਾਧਾ ਕਹਿ ਰਹੇ ਆ, ਔਰ ਜੋ 2 ਡਿਗਰੀ ਟੈਂਪਰੇਚਰ ਵੱਧ ਜਾਊਗਾ ਤਾਂ ਜਿਹੜੀ ਸਾਡੀ ਫਸਲਾਂ ਆ ਉਹਨਾਂ ਦੀ ਯੀਲਡ ਵੀ ਘੱਟ ਜਾਣੀ ਆ, ਇਸ ਕਰਕੇ ਕਿਸਾਨ ਨੂੰ ਵੀ ਅਲਟੀਮੇਟਲੀ ਸੂਟ ਨਹੀਂ ਕਰਦਾ। ਕਿਸਾਨ ਬੇਸ਼ੱਕ ਅੱਜ ਮਜਬੂਰੀ 'ਚ ਕਰ ਰਿਹਾ, ਸ਼ਾਇਦ ਉਸਨੂੰ ਇਸ ਗੱਲ ਦਾ ਪਤਾ ਨਹੀਂ ਕਿ 10 ਸਾਲਾਂ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ, ਪਰ ਇਕੱਲੇ ਕਿਸਾਨ ਦੀ ਜ਼ਿੰਮੇਵਾਰੀ ਫਿਕਸ ਕਰਨਾ, ਸਰਕਾਰਾਂ ਸੋਚਣ ਕਿ ਉਹ ਆਪ ਮੈਨੇਜ ਕਰੇ, ਜਾਂ ਅਸੀਂ ਉਹਨੂੰ ਤਾਂ ਪਰਚੇ ਦਰਜ ਕਰਾ ਕੇ ਕਰ ਲਵਾਂਗੇ, ਇਹ ਹੱਲ ਨਹੀਂ ਹੈ। ਇਹਨੂੰ ਲੌਂਗ ਟਰਮ ਇਨਵੈਸਟਮੈਂਟ ਦੇ ਤੌਰ 'ਤੇ ਸੈਂਟਰ ਗੌਰਮੈਂਟ ਅਤੇ ਸਟੇਟ ਗੌਰਮੈਂਟ ਨੂੰ ਮਿਲ ਕੇ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਆਪਾਂ ਹਰ ਸਾਲ ਇਸ ਚੀਜ਼ 'ਤੇ ਬੈਠ ਕੇ ਇੱਦਾਂ ਦੀ ਡਿਸਕਸ਼ਨ ਕਰਾਂਗੇ। ਬਹੁਤ ਧੰਨਵਾਦ ਡਾਕਟਰ ਜਗਵੰਤ ਸਿੰਘ ਤੁਹਾਡਾ, ਮਿੱਤਲ ਸਾਹਿਬ ਤੁਹਾਡਾ, ਡਾਕਟਰ ਸੰਧੂ ਤੁਹਾਡਾ ਅਤੇ ਥੇੜੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪਰਾਲੀ ਸਾੜਨ ਤੋਂ ਬਾਅਦ ਪਰਚੇ ਦਰਜ ਕਰਨਾ ਹੱਲ ਨਹੀਂ ਹੋਣਾ, ਪਰਾਲੀ ਚੁੱਕਣ ਨਾਲ ਹੱਲ ਹੋਣਾ ਅਤੇ ਪੋਲੀਟਿਕਸ ਛੱਡਣੀ ਪੈਣੀ ਹੈ। ਬਹੁਤ ਧੰਨਵਾਦ।